ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਹੋ ਰਹੇ ਗੁਰਮਤਿ ਸਮਾਗਮ ਚ ਹਾਜ਼ਰੀਆਂ ਭਰਨ ਲਈ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਮ ਦੇ ਪਾਵਨ ਬਚਨ ਤੋਂ ਪ੍ਰੇਰਨਾ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਿਹੜੇ ਕਾਰਨ ਹਨ, ਇਹ ਸ਼ਹਾਦਤ ਵਿਲੱਖਣ ਕਿਵੇਂ ਹੈ, ਇਸ ਅਦੁੱਤੀ ਸ਼ਹਾਦਤ ਦਾ ਅਸਰ ਕੀ ਹੋਇਆ, ਇਹਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੁਨੀਆਂ ਦੇ ਵਿੱਚ ਸਮੇਂ ਸਮੇਂ ਤੇ ਕੁਝ ਅਜਿਹੀਆਂ ਲਾਮਿਸਾਲ ਘਟਨਾਵਾਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਨੇ ਮਨੁੱਖ ਦੇ ਮਨ ਅੰਦਰ ਜਿਉਣ ਦੇ ਨਾਲ ਨਾਲ ਮਰਨ ਦਾ ਵੀ ਚਾਅ ਪੈਦਾ ਕੀਤਾ। ਇਹਨਾਂ ਲਾਮਿਸਾਲ ਘਟਨਾਵਾਂ ਨੂੰ ਅਸੀਂ ਸ਼ਹਾਦਤ ਦੇ ਨਾਂ ਨਾਲ ਯਾਦ ਕਰਦੇ ਹਾਂ। ਸ਼ਹਾਦਤ ਅਤੇ ਸ਼ਹੀਦ ਦੋਨੋਂ ਅਰਬੀ ਦੇ ਲਫ਼ਜ਼ ਨੇ। ਸ਼ਹਾਦਤ ਦਾ ਅਖਰੀ ਅਰਥ ਹੈ ਗਵਾਹੀ ਦੇਣੀ। ਸ਼ਹੀਦ ਕਹਿੰਦੇ ਆ ਗਵਾਹੀ ਦੇਣ ਵਾਲੇ ਨੂੰ, ਗਵਾਹ। ਦੁਨੀਆਂ ਦੇ ਬਹੁਤ ਸਾਰੇ ਮਜ਼ਹਬਾਂ ਦੇ ਵਿੱਚ ਸ਼ਹਾਦਤ ਦਾ ਸੰਕਲਪ ਕਿਸੇ ਨਾ ਕਿਸੇ ਰੂਪ ਵਿੱਚ ਆਇਆ। ਸ਼ਹੀਦ ਲਫ਼ਜ਼ ਵੈਸੇ ਇਸਲਾਮ ਦਾ, ਕਿਉਂਕਿ ਇਸਲਾਮ ਦੇ ਵਿੱਚ ਵੀ ਸ਼ਹੀਦਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਹੈ। ਉੱਥੇ ਇੱਥੋਂ ਤੱਕ ਲਿਖਿਆ ਹੈ ਕਿ ਸ਼ਹੀਦ ਨੂੰ ਮੁਹੰਮਦ ਸਾਹਿਬ ਦੀ ਗਵਾਹੀ ਦੀ ਵੀ ਲੋੜ ਨਹੀਂ ਪੈਂਦੀ। ਹਾਲਾਂਕਿ ਪਵਿੱਤਰ ਕੁਰਾਨ ਦੇ ਵਿੱਚ ਕਿਤੇ ਵੀ ਸ਼ਹੀਦ ਲਫ਼ਜ਼ ਲਿਖਿਆ ਨਹੀਂ ਮਿਲਦਾ, ਸ਼ਹਾਦਤ ਕਲਮਾ ਉੱਥੇ ਲਿਖਿਆ ਮਿਲਦਾ ਹੈ। ਲੇਕਿਨ ਇਸਲਾਮ ਦੀਆਂ ਜਿਹੜੀਆਂ ਹਦੀਸਾਂ ਨੇ ਉਹਦੇ ਵਿੱਚ ਸਾਨੂੰ ਸ਼ਹੀਦ ਸ਼ਬਦ ਲਿਖਿਆ ਮਿਲਦਾ ਹੈ। ਲਫ਼ਜ਼ ਭਾਵੇਂ ਇਹ ਇਸਲਾਮ ਦਾ,
लेकिन उत्थे शहादत दा जिहड़ा पैमाना है बड़ा छोटा जिहा ਇੱਥੋਂ ਤੱਕ ਕਿ ਕੋਈ ਭਲਾ ਇਨਸਾਨ ਭਾਵੇਂ ਬਿਮਾਰੀ ਨਾਲ ਚੜ੍ਹਾਈ ਕਰਦੇ ਉਹਨੂੰ ਵੀ ਕਹਿ ਦਿੰਦੇ ਆ ਕਿ ਸ਼ਹੀਦ ਹੋ ਗਿਆ ਜੰਗ ਉਹਦ ਦੇ ਵਿੱਚ ਉਮੈਦ ਬਿਨ ਕਮਈਆ ਨੇ ਹਜ਼ਰਤ ਮੁਹੰਮਦ ਸਾਹਿਬ ਤੇ ਤਲਵਾਰ ਮਾਰੀ ਹਜ਼ਰਤ ਮੁਹੰਮਦ ਸਾਹਿਬ ਡਿੱਗ ਪਏ ਪੁਰਾਣੇ ਸਮਿਆਂ ਦੇ ਵਿੱਚ ਇਹ ਤਰੀਕਾ ਹੁੰਦਾ ਸੀ ਕਿ ਕਈ ਵਾਰੀ ਦੁਸ਼ਮਣ ਨੂੰ ਚੱਕਰ ਚ ਪਾਉਣ ਵਾਸਤੇ ਸਾਹ ਸੀਟ ਕੇ ਪੈ ਜਾਂਦੇ ਸੀ ਉਹਨੂੰ ਲੱਗੇ ਕਿ ਮਰ ਗਿਆ ਤੇ ਦੁਸ਼ਮਣ ਚਲਾ ਜਾਂਦਾ ਸੀ ਪਰ ਦੁਸ਼ਮਣ ਨੂੰ ਵੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਹੌਲੀ ਹੌਲੀ ਉਹਨਾਂ ਇਹ ਤਰੀਕਾ ਅਪਣਾਇਆ ਸੀ ਕਿ ਫਿਰ ਜਦੋਂ ਬੰਦਾ ਲੇਟਿਆ ਹੋਇਆ ਤਾਂ ਉਹਦਾ ਦੰਦ ਤੋੜ ਕੇ ਵੇਖਦੇ ਸੀ ਪੱਥਰ ਦੇ ਨਾਲ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਦੰਦ ਤੋੜ ਕੇ ਵੇਖਿਆ ਗਿਆ ਸੀ ਜਿਹਦੇ ਬਾਰੇ ਵਾਰਸ ਨੇ ਹੀਰ ਦੇ ਵਿੱਚ ਲਿਖਿਆ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ ਤਕਦੀਰ ਨਾ ਕਿਸੇ ਤੋਂ ਹਟਦੀ ਮਤਲਬ ਉੱਥੇ ਸ਼ਹਾਦਤ ਹੋਰ ਛੋਟ ਪੈਮਾਨੇ ਦੇ ਵਿੱਚ ਆਈ ਹੈ ਇਸੇ ਤਰ੍ਹਾਂ ਈਸਾਈ ਲੋਕ ਵੀ ਸ਼ਹਾਦਤ ਨੂੰ ਮੁਕਤੀ ਦਾ ਪਿਆਲਾ ਦੱਸਦੇ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਪਰਮਾਤਮਾ ਦੇ ਅਜਿਹੇ ਪਹਿਲਵਾਨ ਹਨ ਜਿਹਨਾਂ ਨੂੰ ਪਰਮਾਤਮਾ ਖੁਦ ਦਰਗਾਹ ਦੇ ਦਰਵਾਜ਼ੇ ਦੇ ਅੰਦਰ ਆਉਣ ਲਈ ਨਿਵਾਜ ਗੁਰੂ ਸਾਹਿਬ ਆਪਾਂ ਨੇੜੇ ਰੱਖ ਕੇ ਗੱਲ ਕਰੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਜਿਹੜਾ ਸ਼ਹੀਦ ਲਫ਼ਜ਼ ਹੈ ਇਹ ਦੋ ਵਾਰੀ ਆਇਆ ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਸ਼ਹੀਦ ਲਫ਼ਜ਼ ਵਰਤਦੇ ਨੇ ਪਾਵਨ ਅੰਕ 53 ਦੇ ਉੱਪਰ ਸੁਭਾਈਮਾਨ ਹੈ ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਔਰ ਸ਼ਹੀਦ ਦੂਸਰਾ ਸ਼ਹੀਦ ਲਫ਼ਜ਼ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਨੇ ਵਰਤਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1293 ਦੇ ਉੱਪਰ ਦਰਜ ਹੈ ਜਾਕੈ ਈਦ ਬਕਰੀਦ ਕੁੱਲ ਦੇ ਕੁੱਲ ਗਊਰੇ ਵੱਧ ਕਰੈ ਮਾਨੀਐ ਸੇਖ ਸ਼ਹੀਦ ਪੀਰਾ ਸ਼ਹੀਦ ਦੀ ਜਿਹੜੀ ਪਰਿਭਾਸ਼ਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ ਕਹਿੰਦੇ ਨੇ ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣ ਸ਼ਹੀਦ ਦੇ ਵਿੱਚ ਦੋ ਵੱਡੇ ਗੁਣ ਹੁੰਦੇ ਨੇ ਇੱਕ ਸਬਰ ਤੇ ਦੂਜਾ ਸਿਦਕ ਅਤੇ ਦੋ ਵੱਡੇ ਔਕਣ ਨਹੀਂ ਹੁੰਦੇ ਇੱਕ ਭਰਮ ਤੇ ਇੱਕ ਕਿਸੇ ਦਾ ਡਰ ਭਉ ਸ਼ਹਾਦਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਦੁਨੀਆ ਦੀ ਤਾਰੀਖ ਦੇ ਵਿੱਚ ਬਹੁਤ ਹੋਈਆਂ ਨੇ ਲੇਕਿਨ ਸ਼ਹੀਦਾਂ ਦੇ ਸਰਤਾਜ ਲਫ਼ਜ਼ ਗੁਰੂ ਅਰਜਨ ਪਾਤਸ਼ਾਹ ਲਈ ਕਿਉਂ ਵਰਤਿਆ ਜਾਂਦਾ ਹੈ ਹਾਲਾਂਕਿ ਸਿੱਖ ਧਰਮ ਦੇ ਵਿੱਚ ਵੀ ਗੁਰੂ ਅਰਜਨ ਪਾਤਸ਼ਾਹ ਤੋਂ ਪਹਿਲਾਂ ਸ਼ਹਾਦਤਾਂ ਹੋ ਚੁੱਕੀ ਹੈ ਨੋਟ ਕਰੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ 13ਵੀਂ ਪੌੜੀ ਦੀ ਪਹਿਲੀ ਪੰਕਤੀ 'ਚ ਕਿਹਾ ਜਿਹੜਾ ਲਫ਼ਜ਼ ਵਰਤਿਆ ਨਾ ਤਾਰੂ ਪੋਪਟੂ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਇਹਦਾ ਜ਼ਿਕਰ ਕਰਦੇ ਹਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਲੇਖ ਲਿਖਿਆ ਸੀ ਬੜਾ ਸਮਾਂ ਪਹਿਲਾਂ ਉਹਦੇ 'ਚੋਂ ਕਹਿੰਦੇ ਨੇ ਕਿ ਭਾਈ ਤਾਰੂ ਪੋਪਟ ਇੱਕ ਹੋਏ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਵਕਤ ਬਾਬਰ ਮੌਕੇ ਸ਼ਹੀਦ ਹੋਏ ਲਾਹੌਰ ਦੇ ਵਿੱਚ ਪਰ ਸ਼ਹੀਦਾਂ ਦੇ ਸਰਤਾਜ ਲਫ਼ਜ਼ ਗੁਰੂ ਅਰਜਨ ਪਾਤਸ਼ਾਹ ਲਈ ਇਸ ਕਰਕੇ ਵਰਤਿਆ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਹ ਸਾਰੀਆਂ ਸ਼ਖਸੀਅਤਾਂ ਨੂੰ ਸ਼ਹੀਦੀ ਪਾਉਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਬਚਦਾ ਇਹ ਪਹਿਲੀ ਵਾਰੀ ਹੋਇਆ ਜਦੋਂ ਮੁਲਕ ਦੇ ਬਾਦਸ਼ਾਹ ਨੇ ਜਦੋਂ ਦੁਸ਼ਮਣ ਨੇ ਕਿਹਾ ਕਿ ਜੇ ਤੁਸੀਂ ਦੀਨੇ ਇਸਲਾਮ ਕਬੂਲ ਕਰਨੇ ਹੋ ਤਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਅਤੇ ਗੁਰੂ ਸਾਹਿਬ ਨੇ ਫਿਰ ਵੀ ਜ਼ਿੰਦਗੀ ਦਾ ਜਿਹੜਾ ਇੱਕ ਦਰਵਾਜ਼ਾ ਖੁੱਲ੍ਹਾ ਸੀ ਉਹਨੂੰ ਬੰਦ ਰੱਖਿਆ ਠੀਕ ਅਤੇ ਸਹੀ ਰਸਤਾ ਚੁਣਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ ਹੁਣ ਸ਼ਹਾਦਤ ਦੇ ਕਾਰਨ ਕਿਹੜੇ ਨੇ ਟੌਪਿਕ ਇਹ ਲੰਮਾ ਮੈਂ ਕੋਸ਼ਿਸ਼ ਕਰਦਾ ਜਿੰਨਾ ਸੰਖੇਪ ਗੱਲ ਹੋ ਸਕੇ ਕਿਹੜੇ ਕਾਰਨ ਨੇ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਆਉਂਦੀ ਹੈ ਗੁਰੂ ਸਵਾਰਿਓ ਇੱਕ ਗੱਲ ਪੱਕੀ ਨੋਟ ਕਰ ਲਈਏ ਅਸੀਂ ਕਿ ਸੱਚ ਦੇ ਰਸਤੇ ਤੇ ਚੱਲਦਿਆਂ ਸ਼ਹਾਦਤ ਵਾਲਾ ਮਾਹੌਲ ਬਣਿਆ ਹੀ ਰਹਿੰਦਾ ਹੈ ਕਿਉਂਕਿ ਜਦੋਂ ਤੁਸੀਂ ਸੱਚ ਦੇ ਉੱਤੇ ਸਟੈਂਡ ਲਓਗੇ ਜੇ ਕੋਈ ਬੋਲਿਆ ਸੱਚ ਕੂੜਾ ਚੱਲਦਾ ਜੇ ਥੋੜ੍ਹਾ ਜਿਹਾ ਪਿੱਛੇ ਤੋਂ ਚੱਲਣਾ ਹੋਵੇ ਤਾਂ ਬਾਬਾ
ਬਾਬਰ ਕੇ ਤੇ ਬਾਬੇ ਕਿਆਂ ਦੀ ਇਹ ਫਸਵੀਂ ਟੱਕਰ ਸਨ 1521 ਤੋਂ ਐਮਨਾਬਾਦ ਦੀ ਧਰਤੀ ਤੋਂ ਸ਼ੁਰੂ ਹੋਈ। ਇੱਕ ਪਾਸੇ ਬਾਬਰ ਨੇ ਤਲਵਾਰ ਦੇ ਜ਼ੋਰ ਨਾਲ ਲੋਕਾਂ ਦੇ ਤਨਾਂ ਤੇ ਰਾਜ ਕੀਤਾ, ਦੂਜੇ ਪਾਸੇ ਬਾਬੇ ਨੇ ਪ੍ਰੇਮ ਅਤੇ ਵਿਚਾਰ ਦੇ ਜ਼ੋਰ ਨਾਲ ਲੋਕਾਂ ਦੇ ਮਨਾਂ ਤੇ ਰਾਜ ਕੀਤਾ। ਜਿਉਂ ਜਿਉਂ ਬਾਬਰ ਦਾ ਰਾਜ ਭਾਗ ਵੱਧਦਾ ਗਿਆ ਤਿਉਂ ਤਿਉਂ ਬਾਬੇ ਕਿਆਂ ਦੀ ਜਥੇਬੰਦੀ ਵੀ ਮਜ਼ਬੂਤ ਹੁੰਦੀ ਗਈ। ਬਾਬਰ ਕੇ ਤੇ ਬਾਬੇ ਕਿਆਂ ਦਾ ਇੰਨਾ ਫਸਵਾਂ ਮੁਕਾਬਲਾ ਹੈ ਕਿ ਤੁਸੀਂ ਸਪਸ਼ਟ ਵੇਖੋ ਕਿ ਬਾਬਰ ਕਿਆਂ ਦੇ ਜਹਾਂਗੀਰ ਨੇ ਬਾਬੇ ਕਿਆਂ ਦੇ ਗੁਰੂ ਅਰਜਨ ਪਾਤਸ਼ਾਹ ਨੂੰ 30 ਮਈ ਸੰਨ 1606 ਨੂੰ ਸ਼ਹੀਦ ਕੀਤਾ ਹੈ, ਤਾਂ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨੇ ਗੁਰੂ ਅਰਜਨ ਪਾਤਸ਼ਾਹ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ 11 ਨਵੰਬਰ 1675 ਨੂੰ ਸ਼ਹੀਦ ਕੀਤਾ। ਦਾਦੇ ਨੇ ਦਾਦੇ ਨੂੰ ਸ਼ਹੀਦ ਕੀਤਾ, ਪੋਤੇ ਨੇ ਪੋਤੇ ਨੂੰ ਸ਼ਹੀਦ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਵੱਡਾ ਪੋਤਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੈ, ਉਹਦੇ ਮੈਦਾਨੇ ਜੰਗ ਵਿੱਚ ਚਮਕੌਰ ਦੀ ਗੜੀ 'ਚ ਜਿਹੜੀ ਪਹਿਲੀ ਬਰਛੀ ਵੱਜਦੀ ਆ, ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਧੜ ਤੋਂ ਵੱਖਰਾ ਕਰਨ ਵਾਲਾ ਜਲਾਦ ਜਿਹੜਾ ਜਲਾਲੂਦੀਨ ਹੈ ਸਮਾਣੇ ਵਾਲਾ, ਉਹਦਾ ਵੱਡਾ ਪੋਤਰਾ ਮਾਰਦਾ। ਮਤਲਬ ਇਹ ਬੜੀ ਫਸਮੀ ਟੱਕਰ ਹੈ ਇਹਨਾਂ ਦੀ ਆਪਸ ਦੇ ਵਿੱਚ। ਪਰ ਮੈਂ ਬੇਨਤੀ ਕਰ ਰਿਹਾ ਕਿ ਸੱਚ ਦੇ ਰਸਤੇ 'ਤੇ ਚੱਲਦਿਆਂ ਸ਼ਹਾਦਤ ਵਾਲਾ ਮਾਹੌਲ ਬਣਿਆ ਰਹਿੰਦਾ, ਪਰ ਕੁਦਰਤੀ ਹੈ, ਸੁਭਾਵਿਕ ਇਹ ਗੱਲ ਉੱਠ ਸਕਦੀ ਹੈ ਕਿ ਸੱਚ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਬੋਲਿਆ, ਸੱਚ ਦੀ ਗੱਲ ਤਾਂ ਬਾਕੀ ਗੁਰੂ ਸਾਹਿਬਾਨ ਨੇ ਵੀ ਘੱਟ ਨਹੀਂ ਕੀਤੀ, ਫਿਰ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਕਿਉਂ? ਇਹਦਾ ਇਤਿਹਾਸਿਕ ਕਾਰਨ ਜਿੰਨਾ ਕੁ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਗੁਰੂ ਸਵਾਰਿਓ, ਕਿ ਬਾਬਰ ਜਿਹੜਾ ਸੀ ਉਹਦਾ ਬਹੁਤਾ ਸਮਾਂ ਆਪਣੇ ਰਾਜ ਨੂੰ ਪੱਕੇ ਪੈਰੀ ਕਰਨ 'ਤੇ ਲੱਗਿਆ ਰਿਹਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਵਰਗੇ ਬੇਬਾਕ ਵਚਨ ਕਹੇ, ਬਾਬਰ ਨੂੰ ਵੀ ਬੜੇ ਚੁਰੇ, ਉਹਨੇ ਬਾਬੇ ਨੂੰ ਕੈਦ ਕੀਤਾ। ਲੇਕਿਨ ਬਾਬਰ ਦਾ ਰਾਜ ਅਜੇ ਪੱਕੇ ਪੈਰੀ ਨਹੀਂ ਸੀ ਹੋਇਆ ਕਿ 26 ਜਨਵਰੀ ਸੰਨ 1530 ਨੂੰ ਬਾਬਰ ਚੜ੍ਹਾਈ ਕਰਕੇ ਮਰ ਗਿਆ। ਬਾਬਰ ਦੀ ਮੌਤ ਤੋਂ ਬਾਅਦ ਹਿਮਾਂਜੂ ਤਖ਼ਤ 'ਤੇ ਬੈਠਿਆ। ਹਿਮਾਂਜੂ ਲਫ਼ਜ਼ ਦਾ ਅਖਰੀ ਅਰਥ ਹੈ ਖੁਸ਼ਕਿਸਮਤ। ਇੱਕ ਬੜਾ ਮਸ਼ਹੂਰ ਇਤਿਹਾਸਕਾਰ ਹੈ ਲੇਨੂ ਕੂਲ, ਉਹ ਹਿਮਾਂਜੂ ਬਾਰੇ ਇੱਕ ਗੱਲ ਕਹਿੰਦਾ ਹੈ, ਕਹਿੰਦਾ ਹਿਮਾਂਜੂ ਨਾਂ ਦਾ ਹੀ ਖੁਸ਼ਕਿਸਮਤ ਸੀ, ਅਸਲ 'ਚ ਇਹਦੇ ਵਰਗਾ ਬਦਕਿਸਮਤ ਬੰਦਾ ਕੋਈ ਨਹੀਂ ਸੀ, ਕਿਉਂਕਿ ਪਹਿਲਾਂ ਤਾਂ ਇਹਨੂੰ ਗੁਜਰਾਤ ਦੇ ਬਹਾਦਰ ਸ਼ਾਹ ਨੇ ਵਕਤ ਪਾਈ ਰੱਖਿਆ, ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਹਿੰਦੁਸਤਾਨ ਛੱਡਣ ਦੇ ਲਈ ਮਜ਼ਬੂਰ ਕਰ। ਸੰਨ 1606 ਦੀ ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਹੈ, ਪਰ ਨੋਟ ਕਰਿਓ ਸੰਨ 1540 ਦੇ ਵਿੱਚ ਵੀ ਸ਼ਹਾਦਤ ਵਾਲਾ ਮਾਹੌਲ ਬਿਲਕੁਲ ਬਣ ਜਾਂਦਾ ਹੈ। ਸ਼ਹਾਦਤ ਉਦੋਂ ਵੀ ਹੋ ਸਕਦੀ ਹੈ, ਕਦੋਂ ਭਲਾ? ਜਦੋਂ ਦੂਜੇ ਪਾਤਸ਼ਾਹ ਖੰਡੂਰ ਸਾਹਿਬ ਦੇ ਵਿੱਚ ਬੱਚਿਆਂ ਦੀਆਂ ਖੇਡਾਂ ਕਰਵਾ ਰਹੇ ਨੇ, ਬੱਚਿਆਂ ਨੂੰ ਪੜ੍ਹਾ ਰਹੇ ਸੀਗੇ, ਉਸ ਵਕਤ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਹਿਮਾਂਜੂ ਜਦੋਂ ਖੰਡੂਰ ਸਾਹਿਬ ਦੇ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉੱਥੇ ਪਾਤਸ਼ਾਹ ਬੱਚਿਆਂ ਦੀਆਂ ਖੇਡਾਂ ਵੱਲ ਨੂੰ ਟਿਕਟਕੀ ਲਗਾ ਕੇ ਦੇਖ ਰਹੇ ਸੀ। ਹਿਮਾਂਜੂ ਨੂੰ ਲੱਗਿਆ ਮੇਰਾ ਸਵਾਗਤ ਨਹੀਂ ਕੀਤਾ, ਕ੍ਰੋਧਿਤ ਹੋਇਆ, ਇਹਦਾ ਹੱਥ ਆਪਣੀ ਤਲਵਾਰ ਦੇ ਮੁੱਢੇ 'ਤੇ ਚਲਾ ਗਿਆ। ਜਦੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਬਿਲਕੁਲ ਨੇੜੇ ਪਹੁੰਚਿਆ, ਤਾਂ ਗੁਰੂ ਸਾਹਿਬ ਨੇ ਆਪਣਾ ਧਿਆਨ ਬੱਚਿਆਂ ਵੱਲੋਂ ਹਟਾ ਕੇ ਇਹਨੂੰ ਫਰੀਆਂ ਫਰੀਆਂ ਸੁਣਾਈਆਂ ਕਿ ਉੱਥੇ ਤਾਂ ਸ਼ੇਰ ਸ਼ਾਹ ਸੂਰੀ ਤੋਂ ਡਰਦਾ ਮਾਰਾ ਭੱਜਿਆ ਆ, ਅਤੇ ਸਾਨੂੰ ਬਹਾਦਰੀ ਦਿਖਾਉਣੀ ਚਾਹੁੰਦਾ, ਕਿਉਂਕਿ ਜਦੋਂ ਬੰਦਾ ਬਿਪਤਾ ਦੇ ਵਿੱਚ ਹੁੰਦਾ ਉਦੋਂ ਬੜਾ ਸੰਭਲ ਕੇ ਚੱਲਦਾ। ਤੁਸੀਂ ਵੇਖੋ ਕਿ ਪਾਤਸ਼ਾਹ ਢੋਲ ਬੈਠੇ ਵੇਖ ਰਹੇ ਹੋਣ, ਬੰਦਾ ਤਲਵਾਰ ਲੈ ਕੇ ਨੇੜੇ ਪਹੁੰਚ ਗਿਆ, ਸ਼ਹਾਦਤ ਵਾਲਾ ਮਾਹੌਲ ਹੀ ਹੈ ਨਾ ਬਿਲਕੁਲ, ਪਰ ਨਹੀਂ ਹੋ ਸਕਿਆ। 15 ਸਾਲ ਭਟਕਣ ਤੋਂ ਬਾਅਦ 1595 ਦੇ ਵਿੱਚ ਈਰਾਨ ਦੇ ਬਾਦਸ਼ਾਹ ਦੀ ਮਦਦ ਦੇ ਨਾਲ ਹਿਮਾਂਜੂ ਮੁੜ ਤਖ਼ਤ ਤੇ ਬੈਠਿਆ। ਤਖ਼ਤ ਤੇ ਬੈਠੇ ਨੂੰ ਸਿਰਫ 6 ਮਹੀਨੇ ਹੋਏ ਸੀ ਕਿ ਲਾਇਬ੍ਰੇਰੀ ਵਾਲੇ ਪੌੜੀਆਂ ਕਮਰੇ ਦੀਆਂ ਪੌੜੀਆਂ ਤੋਂ ਇਸ ਤਰ੍ਹਾਂ ਡਿੱਗਿਆ ਕਿ ਮੁੜ ਕੇ ਉੱਠ ਨਹੀਂ ਸਕਿਆ, ਇਹਦੀ ਮੌਤ ਹੋ ਗਈ। ਹਿਮਾਂਜੂ ਤੋਂ ਬਾਅਦ 1556 ਦੇ ਵਿੱਚ ਅਕਬਰ ਤਖ਼ਤ ਤੇ ਆਇਆ। ਅਕਬਰ ਦੇ ਵਿਰੋਧੀ ਤੋਂ ਵਿਰੋਧੀ ਲੇਖਕ ਵੀ ਇਹ ਕਹਿੰਦੇ ਆ ਕਿ ਅਕਬਰ ਬੜੇ ਖੁੱਲ੍ਹੇ ਖਿਆਲਾਂ ਦਾ ਮਾਲਕ ਸੀ। ਇਹਨੇ ਲਾਹੌਰ ਦੇ ਵਿੱਚ ਇੱਕ ਇਬਾਦਤ ਖਾਨਾ ਵੀ ਬਣਾਇਆ ਹੋਇਆ ਸੀ, ਜਿਹਦੇ ਵਿੱਚ ਇਹ ਵੱਖਰੇ ਵੱਖਰੇ ਮਜ਼ਹਬਾਂ ਦੇ ਲੋਕਾਂ ਨੂੰ, ਵਿਦਵਾਨਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣਦਾ ਸੀ। ਅਕਬਰ ਵੱਲੋਂ ਲਾਹੌਰ ਦੇ ਵਿੱਚ ਬਣਾਏ ਹੋਏ ਇਬਾਦਤ ਖਾਨੇ ਦੇ ਵਿੱਚ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਜਾ ਕੇ ਗੁਰਮਤਿ ਦਾ ਵਿਖਿਆਨ ਵੀ ਕਰਦੇ ਰਹੇ, ਔਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਸੀ ਤੀਜੇ ਪਾਤਸ਼ਾਹ ਦੀ, ਤੁਹਾਨੂੰ ਪਤਾ।
अकबर आया तां गुरु जी ने उदों सती प्रथा बंद करवाई सी जिथे बाणी दे बोल है ना जी सतियां ये ना आखियां जो बड़ियां लग जलन उत्थे कह के सती प्रथा भी बंद करवाई। अकबर दे राज भाग दे दौरान सन 1581 दे विच गुरु अर्जन पातशाह गुरगद्दी ते सुभायमान होए। 18 साल 4 महीनों की उम्र में बीबे गुरु अर्जन पातशाह का जिहड़ा प्रकाश है 15 अप्रैल सन 1563 वैसाख महीने पहले दूजे ते पांचवें पातशाह का जिहड़ा प्रकाश है वैसाख दे महीने। हुण जदों अकबर दे राज भाग दे दौरान गुरु अर्जन पातशाह गुरगद्दी ते सुभायमान होए ता अखौती धार्मिक लोग जिहड़े पहले दिन तो गुरु नानक दे घर दे खिलाफ सन उह सारे डट के विरोध तक कर रहे सी। अकबर दे कोल शिकायतां गुरु अमरदास महाराज दे खिलाफ गुरु रामदास पातशाह दे खिलाफ भी जांदियां रहियां। इन्ना हुण वक्त नहीं मैं गल करां विस्तार। जदों महाराज ने खास तौर पर गोइंदवाल दे विच बौली साहिब दा निर्माण करवा दिता सारे लोग इको थां तों पाणी पीण लगे तां बड़े तरफे सीगे धर्म दे नां ते लोकां विच वंडियां पाउण वाले लोग तां इह जिथे अकबर नूं जाके उत्थे करदे सीगे ना उत्थे अकबर दे दरबार विच इक वीरबल सीगा जिहदा नां तुसीं बहुत सुणिआ ते अज उहनूं आपां चंगी तरह समझणा कि की चीज़ सी वीरबल। वीरबल भी इह ढिड्डों बड़ा औखा सी गुरु नानक दे घर। मैं गल वीरबल ते वी आवांगा। जदों 1581 दे विच गुरु अर्जन पातशाह गुरगद्दी ते सुभायमान होए सब तो पहली विरोध तां उहनां दे सके भरा पृथ्वी चंद ने की क्योंकि गुरुआं दे पुत्रां नूं वी इक भुलेखा पिया कि जिवें दुनियावी जायदाद प्यो वाली पुत दी हुंदी है तां गुरगद्दी वी साडी। इह भुलेखा गुरु नानक पातशाह दे पुत्तां नूं वी पिया जिन्हां बारे गुरबाणी दे बोल ने पुत्री कौल ना पालियो कर पीरों कन्न मुरटी है दिल खोटे आकी फिरन बन भार उचाई सटी। इह भुलेखा गुरु अंगद साहिब दे पुत्ता दातू होरां नूं वी पिया दासू होरां नूं। इह भुलेखा पृथ्वी चंद नूं वी पिया। हालांकि सतगुरु अर्जन पातशाह ने जिहड़ी दुनियावी जायदाद अपने हिस्से आई उह वी पृथ्वी चंद नूं लवा दित्ती सी पर वो टिकया ना। गुरु सवारियो इन्हें मसंदा के राही बहुत प्रचार करवाया कि गुरु तो असल में पृथ्वी चंद संगतां तो पिटावा आप ले लेनी है ते गुरु लंगर दे टाइम भोजन दे टाइम गुरु अर्जन पातशाह दे लंगर वल भेज देना संगत नूं। पृथ्वी चंद ने वीरबल नाल राबता कायम किया सरकारी सपोर्ट लई ता इन्हां ने पृथ्वी चंद ने अपने सोहरे पिंड हेहर पहुंच के दरबार साहब के मुकाबले दरबार साहब सरोवर का नाम ही दुख निवारण रखे। और फिर इन्हां ने बीरबल ते पृथ्वी चंद की जुंडली ने इकट्ठिया होके मालिया ऑफिसर सुलही खान नूं प्रेरिया कि गुरु अर्जन साहब से हमला कर। पर जदों सुलही खान आया घोड़े ते तां पृथ्वी चंद हंकारिया होया अपना वह पट्ठा दिखाउण वास्ते इहनूं लै गया कि जिथों अपने स्थान की सेवा चलती आ जाओ उहनूं पट्ठा दिखा। पट्ठे के आवे नूं वेख के घोड़ा ऐसा त्रभकिया कि सुलही खान समेत घोड़े के उस आवे विच ही मच गया जिहदा जिक्र गुरु ग्रंथ साहिब की बाणी दे विच भी कीता पातशाह ने सुलही ते नारायण राख सुलही का हाथ कहीं ना पहुंचा सुलही हुआ मोए नापाक। नापाक समझ के ना इस्लाम दे विच मनदे है कि जदों कोई किसी आदमी अग विच मचना पैंदा है अग विच सड़दा है तां इह बड़ी अपवित्र गल बड़ी माड़ी गल मन्नी जांदी है इस्लाम दे विच। सुलही खान वाला वार जदों खाली गया फिर सुलभी खान नूं प्रेरिया उहदे भी ऐसा सूल उठिया उह भी मर गया। आखिर पृथ्वी चंद ते इहदी वोटी करमों ने यह कहना शुरू कर दिता कि गुरु अर्जन साहब का बेओलादे ने यह लफ्ज सी उन्हां दे हंकार जे असी ना गद्दी ते बैठे साडा पुत मेहरबान बैठ जूगा। पर इन्हां दी गंदी सोच ते गड़े पए 19 जून 1595 नूं गुरु अर्जन पातशाह दे घर बडाली दे विच जदों बाल हरगोबिंद साहब का प्रकाश हो गया तां गुरु सवारियों बाल हरगोबिंद साहब नूं मारन दीआं बड़ियां स्कीमां बनाईआं गईआं।
ਕਦੇ ਇੱਕ ਦਾਈ ਨੂੰ ਭੇਜਿਆ ਕਿ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਹਰਗੋਬਿੰਦ ਸਾਹਿਬ ਨੂੰ ਛਕਾ ਦੇਵੇ, ਪਰ ਉਹਨਾਂ ਦੁੱਧ ਨਾ ਛਕਿਆ ਤੇ ਇਹ ਦਾਈ ਨੂੰ ਜ਼ਹਿਰ ਆਪਣੇ ਆਪ ਨੂੰ ਚੜ ਗਿਆ ਤੇ ਮਰਦੀ ਹੋਈ ਦੱਸ ਗਈ ਕਿ ਮੈਨੂੰ ਪ੍ਰਿਥੀ ਚੰਦ ਹੋਰਾਂ ਨੇ ਭੇਜਿਆ ਸੀ। ਸਪੇਰੇ ਨੂੰ ਭੇਜਿਆ ਸੱਤ ਲੜਾ ਕੇ ਮਾਰ ਦੇ, ਜਾਂ ਫਿਰ ਇੱਕ ਬ੍ਰਾਹਮਣ ਖਿਡਾਵੇ ਨੂੰ ਭੇਜਿਆ ਕਿ ਤੂੰ ਦੁੱਧ ਵਿੱਚ ਜ਼ਹਿਰ ਪਿਲਾ ਦੇ, ਪਰ ਉਹ ਆਪ ਹੀ ਮਰ ਗਿਆ ਸੀਗਾ ਜਦੋਂ ਇਹ ਦੁੱਧ ਕੁੱਤੇ ਨੂੰ ਪਾਇਆ ਗਿਆ। ਗੱਲ ਲੰਮੀ ਹੈ, ਕੁੱਤੇ ਨੂੰ ਪਾਇਆ ਗਿਆ ਤਾਂ ਕੁੱਤਾ ਮਰ ਗਿਆ, ਸਾਰਾ ਭੇਤ ਖੁੱਲ ਗਿਆ ਤੇ ਬ੍ਰਾਹਮਣ ਨੂੰ ਬੜਾ ਅਫਸੋਸ ਹੋਇਆ, ਉਹਦੇ ਸੂਰ ਉੱਠਿਆ ਜਿਹਦਾ ਜ਼ਿਕਰ ਗੁਰਬਾਣੀ 'ਚ ਹੈ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਰ। ਇੱਕ ਰਾਮਨੰਦ ਨਾਂ ਦੇ ਖਿਡਾਵੇ ਨੂੰ ਭੇਜਿਆ ਸੀਗਾ, ਤੂੰ ਆਪ ਵਸਤੂਆਂ ਹੋਏ ਖਾ ਲੈ ਚੰਗੀਆਂ, ਜ਼ਹਿਰ ਵਾਲੀ ਹਰਗੋਬਿੰਦ ਸਾਹਿਬ ਨੂੰ ਪਵਾ ਦੀ। ਜਿਹੜੀ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਉਹ ਸਾਰੀਆਂ ਫੇਲ ਹੋ ਗਈਆਂ ਤੇ ਪ੍ਰਿਥੀ ਚੰਦ ਵਿਰੋਧ ਤਾਂ ਕਰਦਾ ਸੀ। ਇੱਕ ਮੈਂ ਨਾਂ ਲਿਆ ਸੀ ਬੀਰਬਲ, ਇਹ ਬੜਾ ਵੱਡਾ ਵਿਰੋਧੀ ਸੀ ਗੁਰੂ ਦਾ, ਅਕਬਰ ਦੇ ਦਰਬਾਰ ਵਿੱਚ ਇਹ ਆਇਆ ਕਿ ਨਹੀਂ। ਅਸਲ ਵਿੱਚ ਪਿਆਰਿਓ ਇਹ ਬੀਰਬਲ ਜਿਹੜਾ ਹੈ ਬ੍ਰਾਹਮਣ ਬਰਾਦਰੀ ਦੇ ਵਿੱਚੋਂ ਸੀ, ਇਹਦਾ ਨਾਂ ਸੀ ਪਿਛਲਾ ਮਹੇਸ਼ ਦਾਸ। ਇਹ 1528 ਦੇ ਵਿੱਚ ਜੰਮਿਆ, ਅਕਬਰ ਦਾ ਨੌਕਰ ਸੀ। ਇਹ ਬੰਦਾ ਰਾਗ ਵਿੱਦਿਆ ਬਾਰੇ ਜਾਣਦਾ ਸੀ, ਕਵੀ ਵੀ ਸੀ, ਮਸਕਰਾ ਸੀ, ਮਜ਼ਾਕੀਆ ਹਾਜ਼ਰ ਜਵਾਬ ਸੀ। ਜਦੋਂ ਜੈਪੁਰ ਦੇ ਰਾਜੇ ਭਗਵਾਨ ਦਾਸ ਕੋਲ ਨੌਕਰ ਸੀ, ਪਹਿਲਾਂ ਜੈਪੁਰ ਦੇ ਰਾਜੇ ਭਗਵਾਨ ਦਾਸ ਨੇ ਆਪਣੀ ਭਤੀਜੀ ਜੋਧਾ ਬਾਈ ਦਾ ਵਿਆਹ ਅਕਬਰ ਨਾਲ ਕੀਤਾ ਤਾਂ ਉਹਨੇ ਮਹੇਸ਼ ਦਾਸ ਨੂੰ ਨਾਲ ਦੇਤਾ ਅਕਬਰ ਨੂੰ। ਦਾਜ ਵਿੱਚ ਆਈ ਹੋਈ ਚੀਜ਼ ਸੀ ਇਹ ਵੀਰਬਲ। ਅਕਬਰ ਨੇ ਇਹਦਾ ਨਾਮ ਵੀਰਬਲ ਰੱਖਿਆ। ਇਹ ਗੁਰੂ ਘਰ ਦਾ ਬੜਾ ਵੱਡਾ ਦੋਖੀ ਸੀ, ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਖਿਲਾਫ਼ ਸ਼ਿਕਾਇਤਾਂ ਕਰਨ ਵਾਲਿਆਂ ਦੀ ਸਪੋਰਟ ਕਰਦਾ ਸੀ ਤੇ ਅਕਬਰ ਨੂੰ ਕਈ ਵਾਰੀ ਕਹਿੰਦਾ ਹੁੰਦਾ ਕਿ ਗੁਰੂ ਅਰਜਨ ਸਾਹਿਬ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਗੱਦੀ ਨਸ਼ੀਨ ਨੇ, ਇਹ ਕੁਫਰ ਅਤੇ ਨਾਸਤਿਕਤਾ ਦਾ ਪ੍ਰਚਾਰ ਕਰਦੇ ਨੇ, ਪਰ ਅਕਬਰ ਤੇ ਇਹਦਾ ਕੋਈ ਅਸਰ ਨਾ ਹੋਇਆ। ਹੁਣ ਇਹਦੀ ਮੌਤ ਕਿਵੇਂ ਹੋਈ ਬੀਰਬਲ ਦੀ? ਇਹ ਸਪੋਰਟ ਕਰਦਾ ਰਿਹਾ ਪ੍ਰਿਥੀ ਚੰਦ ਨੂੰ ਪੂਰੀ। ਇੱਕ ਵਾਰ ਪਿਸਾਵਰ ਵਾਲੇ ਪਾਸੇ ਜੂਸ ਫਜੈਨਿਆਂ ਤੇ ਪਠਾਣਾਂ ਨੇ ਬਗਾਵਤ ਕੀਤੀ ਤਾਂ ਅਕਬਰ ਨੇ ਜੈਨ ਖਾਨ ਦੇ ਨਾਲ ਬੀਰਬਲ ਨੂੰ ਉੱਥੇ ਮੁਹਿੰਮ ਤੇ ਭੇਜਤਾ, ਔਰ ਮੁਹਿੰਮ ਤੇ ਜਦੋਂ ਜਾਣ ਲੱਗਿਆ ਅਕਬਰ ਨੇ ਇਹਨੂੰ ਇੱਕ ਛੂਟ ਦੇ ਦਿੱਤੀ ਕਿ ਇੱਕ ਰੁਪਈਆ, ਉਸ ਵਕਤ ਦੀ ਜਿਹੜੀ ਵੀ ਰੁਪਈਏ ਦੀ ਇਕਾਈ ਹੈ, ਮਤਲਬ ਇੱਕ ਰੁਪਈਆ ਪ੍ਰਤੀ ਖੱਤਰੀ ਦਾ ਘਰ ਦੇ ਹਿਸਾਬ ਨਾਲ ਤੂੰ ਟੈਕਸ ਇਕੱਠਾ ਕਰਨਾ। ਤਾਂ ਇਹਨੇ ਗੁਰੂ ਅਰਜਨ ਪਾਤਸ਼ਾਹ ਦੇ ਸਿੱਖਾਂ ਨਾਲ ਵੀ ਰਾਬਤਾ ਕੀਤਾ ਕਿ ਮੈਨੂੰ ਟੈਕਸ ਦਿਓ, ਪਰ ਸਿੱਖਾਂ ਨੇ ਕਿਹਾ ਵੀ ਇੱਥੇ ਤਾਂ ਉਹਨੇ ਕਾਰਜ ਦੱਸੇ ਵੀ ਸਰਬੱਤ ਦੇ ਭਲੇ ਦੇ ਕੰਮ ਚੱਲਦੇ ਆ, ਇਹ ਗੁਰਦੁਆਰੇ 'ਚੋਂ ਟੈਕਸ ਤੈਨੂੰ ਕਿਵੇਂ ਦੇਈਏ ਇੱਥੇ। ਤਾਂ ਇਹ ਕਹਿੰਦਾ ਵੀ ਤੁਹਾਡੀ ਮਰਜ਼ੀ ਹੈ, ਨਹੀਂ ਮੈਂ ਪਸਾਵਰ ਜਾਇਆ ਵਾਂ ਅਤੇ ਫਿਰ ਮੈਂ ਆਪਣੇ ਤਰੀਕੇ ਨਾਲ ਟੈਕਸ ਲਵਾਂਗਾ ਹਵਾ ਲੱਗ। ਪਰ ਪਿਆਰੇ ਹੁਣ ਮੈਦਾਨੇ ਜੰਗ ਵਿੱਚ ਤਾਂ ਚੁਟਕਲੇ ਨਹੀਂ ਚੱਲਦੇ। ਪਸਾਵਰ ਗਿਆ 1586 ਦੇ ਵਿੱਚ, ਇਹ ਬੀਰਬਲ ਤਾਂ ਮਰ ਗਿਆ ਸੀ। 1586 ਦੇ ਵਿੱਚ ਬੀਰਬਲ ਮਰਿਆ। 1588 ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ, ਜਿਹਨੂੰ ਅਸੀਂ ਅੱਜ ਕੱਲ੍ਹ ਹਰਿਮੰਦਰ ਸਾਹਿਬ ਕਹਿੰਦੇ ਹਾਂ, ਗੋਲਡਨ ਟੈਂਪਲ ਅਤੇ ਹੁਣ ਸੁਨਹਿਰੀ ਮੰਦਰ ਕਹਿਣ ਲੱਗ ਪਏ। ਪੁਰਾਣਾ ਇਤਿਹਾਸਕ ਨਾਂ ਦਰਬਾਰ ਸਾਹਿਬ ਨੇ 1588 ਦੇ ਵਿੱਚ ਰੱਖਿਆ ਅਤੇ 1590 ਦੇ ਵਿੱਚ ਇਹ ਸੇਵਾ ਜਿਹੜੀ ਸੰਪੂਰਨ ਹੋ ਗਈ। ਸੰਨ 1599 ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਾਦੀ ਹੋਈ ਪਿੰਡ ਮੋ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਦੇ ਵਿੱਚ ਕ੍ਰਿਸ਼ਨ ਚੰਦ ਦੀ ਬੇਟੀ ਬੀਬੀ ਗੰਗਾ। ਸੰਨ 1590 ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤਰਨ ਤਰਨ ਸਾਹਿਬ ਦੀ ਨੀਂਹ ਰੱਖੀ। ਮੈਂ ਪ੍ਰਮੁੱਖ ਤੌਰ 'ਤੇ ਸ਼ਹਾਦਤ ਦੇ ਕਾਰਨਾਂ ਦੀ ਗੱਲ ਹੀ ਕਰ ਰਿਹਾ, ਥੋੜ੍ਹਾ ਜਿਹਾ ਨੋਟ ਕਰ। ਸਤਿਗੁਰੂ ਖਾਰੇ ਪਿੰਡ ਪਹੁੰਚੇ, ਆਲੇ ਦੁਆਲੇ ਤੋਂ ਹੋਰ ਜ਼ਮੀਨਾਂ ਇਕੱਠੀਆਂ ਕੀਤੀਆਂ, ਖਰੀਦੀਆਂ। ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਤਰਨ ਤਰਨ ਸਾਹਿਬ ਦੀ ਨੀਂਹ ਰੱਖੀ, ਮੇਰਾ ਵੀਰ ਬੁਰਾ ਨਾ ਮਨਾਇਆ, ਇਤਿਹਾਸ ਦੀ ਸਦਾਈ ਹੈ, ਉਸ ਵਕਤ ਸਭ ਤੋਂ ਵੱਧ ਜਿਹੜੀ ਤਕਲੀਫ ਹੋਈ ਸਖੀ ਸਰਵਰੀਆਂ ਲਾਲਾਂ ਵਾਲਿਆਂ, ਇਹ ਬਹੁਤ ਔਖੇ ਹੋਏ। ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪ੍ਰਭਾਵ ਵਿੱਚ ਆ ਕੇ ਸਖੀ ਸਰਵਰੀਆਂ ਦੇ ਵੱਡੇ ਵੱਡੇ ਆਗੂ ਲਾਲਾਂ ਵਾਲੇ ਦਾ ਖਹਿੜਾ ਛੱਡ ਕੇ ਸਿੱਖੀ ਵਿੱਚ ਸ਼ਾਮਿਲ ਹੋ ਚੁੱਕੇ ਸੀ।
ਪਿੰਡ ਕੰਗਮਾਈ ਦੇ ਰਹਿਣ ਵਾਲੇ ਭਾਈ ਤੀਰਥਾ ਜੀ ਜਿਨ੍ਹਾਂ ਨੂੰ ਭਾਈ ਮੰਝ ਜੀ ਵਜੋਂ ਜਾਣਿਆ ਜਾਂਦਾ ਉਹ ਸਖੀ ਸਰਵਰ ਦਾ ਖਹਿਰਾ ਛੱਡ ਕੇ ਜਿਹੜੇ ਪੂਰੇ ਮਾਝੇ ਇਲਾਕੇ ਦੇ ਆਗੂ ਸੀ ਗੁਰੂ ਪਾਤਸ਼ਾਹ ਦੇ ਹੋ ਗਏ ਮਾਲਵੇ ਇਲਾਕੇ ਦੇ ਪੁਟਲਾਡਾ ਮੰਡੀ ਦੇ ਨੇੜੇ ਪਿੰਡ ਫਫੜੇ ਭਾਈ ਕੀ ਹੈ ਉੱਥੋਂ ਦੇ ਭਾਈ ਵਹਿਲੋਂ ਜੀ ਇਹਨਾਂ ਦੋਨਾਂ ਨੇ ਐਨੀ ਗਹਿਰੇ ਤਰੀਕੇ ਨਾਲ ਗੁਰੂ ਦੇ ਹੁਕਮ ਨੂੰ ਕਮਾਇਆ ਕਿ ਭਾਈ ਮੰਝ ਲਈ ਗੁਰੂ ਅਰਜਨ ਪਾਤਸ਼ਾਹ ਨੇ ਇੱਥੋਂ ਤੱਕ ਕਿਹਾ ਸੀ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰ ਭਾਈ ਵਹਿਲੋਂ ਦੇ ਵਾਸਤੇ ਜਿਹੜਾ ਕਿਸੇ ਵਕਤ ਲਾਲਾਂ ਵਾਲਿਆਂ ਦਾ ਪੁਜਾਰੀ ਸੀ ਉਹਦੇ ਵਾਸਤੇ ਉਹਨੇ ਇੰਨੀ ਕੁ ਸੇਵਾ ਕੀਤੀ ਕਿ ਸਤਿਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਭਾਈ ਵਹਿਲੋਂ ਸਭ ਤੋਂ ਪਹਿਲਾਂ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਨੀਂਹ ਰੱਖੀ ਤਰਨ ਤਾਰਨ ਸਾਹਿਬ ਦੀ ਤਾਂ ਇਹ ਸਖੀ ਸਰਵਰੀਏ ਬੜੇ ਔਖੇ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਸਾਰੇ ਚੇਲੇ ਚਾਰ ਜਿਹੜੇ ਸਿੱਖੀ ਵਿੱਚ ਆ ਜਾਣਗੇ ਇਹ ਸਖੀ ਸਰਵਰ ਦਾ ਜਿਹੜਾ ਪਿਛੋਕੜ ਹੈ ਇਹਨਾਂ ਦਾ ਵਡੇਰਾ ਬਗਦਾਦ ਦੇ ਵਿੱਚੋਂ ਅੱਜ ਕੱਲ੍ਹ ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਪਿੰਡ ਨਗਾਹੇ ਆ ਕੇ ਵਸੇ ਸੀ ਸਖੀ ਸਰਵਰ ਦਾ ਜਿਹੜਾ ਜਨਮ ਹੈ 1252 ਵਿੱਚ ਇਹਦੀ ਮੌਤ ਹੋਈ ਇਹਨਾਂ ਦਾ ਵਡੇਰਾ 1120 ਦੇ ਵਿੱਚ ਆਇਆ ਔਰ ਇਹਦੀ ਵਹੁਟੀ ਦਾ ਨਾਂ ਸੀ ਬੀਬੀ ਬਾਈ ਇਹ ਜਿਹੜੇ ਲੋਕ ਸੀਗੇ ਗੁਰੂ ਘਰ ਦੇ ਦੋਖੀ ਸੀ ਕਰਮ ਕਾਂਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪਾਉਂਦੇ ਸੀ ਇਹਨਾਂ ਧੌਕੜ ਦੇ ਵਿੱਚ ਇਹਨੂੰ ਦਫਨਾਇਆ ਗਿਆ ਸੀ ਇਹਦੇ ਵੱਖਰੇ ਵੱਖਰੇ ਨਾਂ ਸੁਣਦੇ ਨੇ ਲੱਖਾਂ ਦਾ ਦਾਤਾ ਧੌਕੜ ਵਾਲਾ ਪੀਰ ਨਾਲਾ ਇਹ ਸਾਰੇ ਇਹਦਾ ਇੱਕ ਬੜਾ ਮਾੜਾ ਕਾਰਨ ਹੈ ਵੀ ਇਹਦੇ ਵੱਖਰੇ ਵੱਖਰੇ ਨਾਮ ਕਿਉਂ ਸੀ ਉਹ ਸ਼ਬਦ ਮੈਂ ਸਟੇਜ ਤੋਂ ਬੋਲਣੇ ਠੀਕ ਨਹੀਂ ਸਮਝਦਾ ਮਾੜੇ ਕਿਰਦਾਰ ਦਾ ਬੰਦਾ ਸੀ ਇਲਾਕਾ ਅਤੇ ਨਾਂ ਬਦਲ ਕੇ ਰਹਿੰਦਾ ਸੀ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਦੀ ਨੀਂਹ ਰੱਖੀ ਆ ਤਾਂ ਲਾਲਾਂ ਵਾਲਿਆਂ ਦਾ ਇੱਕ ਸਾਖ ਹੈ ਸੇਖ ਫੱਤਾ ਸੇਖ ਫੱਤੇ ਵਾਲੇ ਔਖੇ ਹੋਏ ਕਿ ਸਾਡੇ ਚੇਲਿਆਂ ਨੂੰ ਇਹ ਲੈ ਜਾਣਗੇ ਤਾਂ ਉਹਨਾਂ ਨੇ ਚੌਧਰੀ ਨੂਰਦੀਨ ਨਾਲ ਰਾਬਤਾ ਕਾਇਮ ਕੀਤਾ ਚੌਧਰੀ ਨੂਰਦੀਨ ਨੇ ਆਪਣੇ ਪੁੱਤ ਅਮੀਰਦੀਨ ਦੀ ਡਿਊਟੀ ਲਾਈ ਯਾਦ ਰੱਖਣ ਵਾਲੀ ਗੱਲ ਹੈ ਜੀ ਅਮੀਰਦੀਨ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਦੋਂ ਤਰਨ ਤਾਰਨ ਸਾਹਿਬ ਦੇ ਸਰੋਵਰ ਦਾ ਪ੍ਰਬੰਧ ਕਰ ਰਹੇ ਸੀ ਉਹ ਸਰੋਵਰ ਵਾਲੀਆਂ ਇੱਟਾਂ ਅਮੀਰਦੀਨ ਨੇ ਚੁਕਵਾ ਕੇ ਆਪਣੀ ਹਵੇਲੀ ਤੇ ਲਵਾਈਆਂ ਜਿਹੜੀਆਂ ਇਹ ਇੱਟਾਂ ਹਵੇਲੀ ਤੇ ਲਵਾਈਆਂ ਸੀ ਸੰਨ 1752 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਉਹ ਇੱਟਾਂ ਦੁਬਾਰਾ ਫਿਰ ਉੱਥੋਂ ਲਹਾ ਕੇ ਤਰਨ ਤਾਰਨ ਦੇ ਸਰੋਵਰ ਵਿੱਚ ਲਵਾਈਆਂ ਇਹ ਲਾਲਾਂ ਵਾਲੇ ਵੀ ਜਿਹੜੇ ਇੱਕ ਸਖੀ ਸਰਵਰੀਏ ਵੀ ਗੁਰੂ ਘਰ ਦੇ ਵਿਰੋਧੀ ਸੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਇਹਨਾਂ ਦਾ ਵੀ ਬੜਾ ਵੱਡਾ ਜਿਹੜਾ ਹੱਥ ਹੈ ਹੁਣ ਪਿਆਰਿਓ 19 ਜੂਨ 1595 ਚ ਹਰਗੋਬਿੰਦ ਸਿੰਘ ਦਾ ਪ੍ਰਕਾਸ਼ ਹੋ ਗਿਆ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਦੀ ਆਪਾਂ ਗੱਲ ਕਰ ਲਈ ਸੰਨ 1600 ਦੇ ਵਿੱਚ 1595 ਆ ਗਿਆ ਤੇ 1597 ਬੜੀ ਇੰਪੋਰਟੈਂਟ ਘਟਨਾ ਹੈ ਕਿ ਲਾਹੌਰ ਦੇ ਵਿੱਚ ਕਾਲ ਪੈ ਗਿਆ ਸੀ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਭੁੱਖਮਾਰੀ ਫੈਲੀ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਪਹੁੰਚੇ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਪ੍ਰਸ਼ਾਦਾ ਪਾਣੀ ਛਕਾਇਆ ਗਿਆ ਦਵਾਈਆਂ ਦਾ ਪ੍ਰਬੰਧ ਕੀਤਾ ਬੈਦਾਂ ਨੂੰ ਨਾਲ ਲਿਆ ਮਹਾਰਾਜ ਨੇ ਔਰ ਇਹਦੇ ਤੋਂ ਇਲਾਵਾ ਗੁਰੂ ਰਾਮਦਾਸ ਪਾਤਸ਼ਾਹ ਦੀ ਯਾਦ ਵਿੱਚ ਅਤੇ ਡੱਬੀ ਬਾਜ਼ਾਰ ਵਾਲੇ ਪਾਸੇ ਯਤੀਮ ਖਾਨੇ ਬਣਾਏ ਗਏ ਜਿਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਔਰ ਜਿਹੜੀ ਭੁੱਖਮਾਰੀ ਫੈਲੀ ਸੀਗੀ ਉਸ ਵਕਤ ਦੇ ਸਰਕਾਰੀ ਮਹਿਕਮੇ ਸਾਰੇ ਭੱਜ ਗਏ ਸੀਗੇ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਲਗਭਗ 8 ਮਹੀਨੇ ਸਿੱਖਾਂ ਦੇ ਨਾਲ ਰਲ ਕੇ ਉੱਥੇ ਸੇਵਾ ਕੀਤੀ ਔਰ ਜਿਨ੍ਹਾਂ ਦੀ ਡੈਡ ਬੋਡੀ ਸੀਗੀਆਂ ਉਹਨਾਂ ਨੂੰ ਆਪਣੇ ਮੋਢਿਆਂ ਤੇ ਵੀ ਸਿੱਖਾਂ ਦੇ ਨਾਲ ਨਾਲ ਆਪਣੇ ਮੋਢਿਆਂ ਤੇ ਵੀ ਧਰ ਕੇ ਉਸੇ ਤਰ੍ਹਾਂ ਦਫਨਾਇਆ ਗਿਆ ਅੰਤਿਮ ਕਿਰਿਆਕਰਮ ਕੀਤਾ ਗਿਆ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਜਦੋਂ 1597 ਵਿੱਚ ਸਰਕਾਰੀ ਮਹਿਕਮੇ ਭੱਜ ਗਏ ਹੋਣ ਤੇ ਗੁਰੂ ਅਰਜਨ ਪਾਤਸ਼ਾਹ ਐਡੀ ਵੱਡੀ ਸੇਵਾ ਨਿਭਾਉਣ ਕੁਦਰਤੀ ਹੈ ਲੋਕਾਂ ਤੇ ਬੜਾ ਵੱਡਾ ਅਸਰ ਹੋਇਆ ਤੇ ਲੋਕ ਸਿੱਖੀ ਵਿੱਚ ਆਏ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਸੰਨ 1598 ਦੇ ਵਿੱਚ ਅਕਬਰ ਵੀ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਆਏ ਉਹਨੇ ਹੱਥ ਬੰਨੇ ਥੋੜ੍ਹਾ ਜਿਹਾ ਨਮੋਸ਼ੀ ਦੇ ਵਿੱਚ ਵੀ ਸੀ ਕਿ ਮੈਂ ਰਾਜਾ ਮੁਲਕ ਦਾ
ਮੇਰੇ ਤਾਂ ਕੰਮ ਠੀਕ ਨਹੀਂ ਹੋਇਆ, ਗੁਰੂ ਅਰਜਨ ਸਾਹਿਬ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ। ਤਾਂ ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਮੈਂ ਕੁਝ ਦੇਣ ਜੋਗਾ ਨਹੀਂ, ਕਿਰਪਾ ਕਰੋ ਮੇਰੀ ਵੀ ਕੁਝ ਸੇਵਾ ਪ੍ਰਵਾਨ ਹੋ ਜਾਵੇ, ਮੈਨੂੰ ਸੇਵਾ ਬਖਸ਼ੋ। ਬੜੀ ਇੰਪੋਰਟੈਂਟ ਗੱਲ ਹੈ। ਬਾਬਰ ਤੋਂ ਲੈ ਕੇ ਅੱਜ ਤੱਕ ਬਹੁਤੇ ਰਾਜਿਆਂ ਨਾਲ ਤਾਂ ਸਾਡੀ ਨਹੀਂ ਬਣੀ, ਪਰ ਜੇ ਕਦੇ ਕਿਸੇ ਨਾਲ ਬਣੀ ਤਾਂ ਉਹ ਤੋਂ ਵੀ ਗੁਰੂ ਸਾਹਿਬ ਨੇ ਕਦੇ ਨਿੱਜੀ ਕਾਰਜ ਨਹੀਂ ਆਪਣਾ ਕਰਵਾਇਆ। ਜੇ ਅਕਬਰ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦਾ ਹੈ ਤਾਂ ਗੁਰੂ ਅਮਰਦਾਸ ਕਹਿੰਦੇ ਨੇ, ਅਕਬਰ ਦੋ ਸੇਵਾਵਾਂ ਤੇਰੇ ਲਈ ਨੇ, ਇੱਕ ਤਾਂ ਹਿੰਦੂਆਂ ਦਾ ਜਦੋਂ ਯਾਤਰਾ ਤੇ ਜਾਂਦੇ ਨੇ ਉਹਨਾਂ ਨੂੰ ਟੈਕਸ ਲੱਗਦਾ ਉਹ ਮਾਫ਼ ਕਰ ਦੇ, ਹਾਲਾਂਕਿ ਗੁਰਮਤਿ ਦਾ ਸਥਾਨ ਨਹੀਂ ਹੈ ਤੀਰਥ ਯਾਤਰਾ, ਲੇਕਿਨ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੇ ਦੂਸਰਾ ਕੰਮ ਕਰਵਾਇਆ ਸਤੀ ਪ੍ਰਥਾ ਬੰਦ। ਤੇ ਜੇ ਅੱਜ ਅਕਬਰ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਆਇਆ ਕਹਿੰਦਾ ਮੈਨੂੰ ਸੇਵਾ ਬਖਸ਼ੋ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅਕਬਰ ਜੇ ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦਾ ਤਾਂ ਤੇਰੇ ਲਈ ਇੱਕੋ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਕਿਸਾਨ ਇਸ ਵਕਤ ਆਰਥਿਕ ਤੌਰ 'ਤੇ ਬੜੀ ਮੰਦਹਾਨੀ ਦੇ ਵਿੱਚ ਨੇ, ਤੂੰ ਇੱਕ ਕੰਮ ਕਰ, ਇਹਨਾਂ ਦਾ ਮਾਮਲਾ ਮਾਫ਼ ਕਰ। ਗੁਰੂ ਅਰਜਨ ਸਾਹਿਬ ਨੇ ਕਿਸਾਨਾਂ ਦਾ ਮਾਮਲਾ ਸਨ 1598 ਦੇ ਵਿੱਚ ਮਾਫ਼ ਕੀਤਾ। ਪਿਆਰਿਓ, ਹੁਣ ਮੈਂ ਗੱਲ ਨੇੜੇ ਵੀ ਥੋੜ੍ਹੀ ਰੱਖ ਰਹੀ ਹਾਂ। ਸੰਨ 1601 ਦੇ ਵਿੱਚ ਬੜਾ ਵੱਡਾ ਕਾਰਜ ਆਰੰਭ ਕੀਤਾ ਪਾਤਸ਼ਾਹ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ 1601 'ਚ ਸ਼ੁਰੂ ਹੋਈ, 1604 ਦੇ ਵਿੱਚ ਸੰਪੂਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ। ਹੁਣ ਇਹ ਸੰਪਾਦਨਾ ਦੇ ਬਹੁਤ ਸਾਰੇ ਕਾਰਨ ਸੀਗੇ, ਇੱਕ ਕਾਰਨ ਇਹ ਵੀ ਸੀ ਕਿ ਪਿਰਥੀ ਚੰਦ ਦਾ ਜਿਹੜਾ ਪੁੱਤਰ ਮਿਹਰਬਾਨ ਸੀ ਉਹ ਨਾਨਕ ਨਾਮ ਵਰਤ ਕੇ ਬਾਣੀ ਰਚਣ ਲੱਗ ਪਿਆ ਸੀ। ਜਿਵੇਂ ਆਪਣੇ ਆਮ ਹੀ ਯਾਦ ਹੈ, ਪੰਜਾਬ ਦੇ ਬਹੁਤ ਜ਼ਿਆਦਾ ਟਰਾਲੀਆਂ ਦੇ ਉੱਤੇ ਲਿਖੀ ਹੁੰਦੀ ਹੈ, ਨਾਮ ਖਮਾਰੀ ਨਾਨਕ ਚੜੀ ਰਹੇ ਦਿਨ ਰਾਤ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ। ਇਸ ਤਰ੍ਹਾਂ ਦੀਆਂ ਕਈ ਪੰਕਤੀਆਂ ਜਿਹੜੀਆਂ ਗੁਰਬਾਣੀ ਨਾਲ ਗੁਰੂ ਸਾਹਿਬ ਦੇ ਬੋਲਾਂ ਨਾਲ ਮਿਲਦੀਆਂ ਜੁਲਦੀਆਂ ਗੀਆਂ, ਨਾਨਕ ਨਾਮ ਲਫ਼ਜ਼ ਵਰਤ ਕੇ ਇਹਨਾਂ ਨੇ ਸ਼ੁਰੂ ਕਰਤੀ। ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਨੇ, ਖੈਰ ਮੈਂ ਗੱਲ ਨੇੜੇ ਰੱਖਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਦੋਂ ਇਹ ਕਾਰਜ ਆਰੰਭਿਆ ਤਾਂ ਪੀਲੂ, ਛੱਜੂ, ਕਾਨਾ, ਸ਼ਾਹ ਸ਼ੈਮੋਰੀ ਵੀ ਆਏ ਕਿ ਵਿੱਚ ਸਾਡੀਆਂ ਵੀ ਪੰਕਤੀਆਂ ਲਿਖੋ। ਉਹਨਾਂ ਦੇ ਜਿਹੜੇ ਬੋਲ ਸੀਗੇ, ਜਿਵੇਂ ਕਾਨੇ ਨੇ ਲਿਖਿਆ, ਕਹਿੰਦੇ ਮੈਂ ਉਹੀ ਰੇ ਜਾ ਕੋ ਵੇਦ ਪੁਰਾਣਾ ਗਾਵੇ, ਖੋਜਤ ਖੋਜ ਨਾ ਕੋਈ ਰੇ। ਹੰਕਾਰ ਦੇ ਬੋਲ ਕਹੇ, ਕਿਸੇ ਨੇ ਔਰਤ ਜਾਤ ਦੇ ਅਪਮਾਨ ਵਿੱਚ ਬੋਲ ਕਹੇ, ਕਿਸੇ ਨੇ ਕਿਹਾ ਜੰਮਦੇ ਹੀ ਮਰ ਗਏ ਜਿਹੜੇ ਸਾਡੇ ਨੂੰ ਚੰਗੇ ਸੀ, ਨਿਰਾਸ਼ਾਵਾਦੀ ਗੱਲਾਂ ਕੀਤੀਆਂ, ਕਿਸੇ ਨੇ ਮਤਲਬ ਗੁਰਮਤ ਦੇ ਐਂਟੀ ਬੋਲ ਸੀ ਸਾਰੇ, ਗੁਰੂ ਸਾਹਿਬ ਨੇ ਪ੍ਰਵਾਨ ਨਾ ਕੀਤੇ। ਤਾਂ ਇਹ ਜਿਹੜੇ ਕਵੀ ਸੀਗੇ ਚਾਰੇ, ਭਗਤ ਕਹਾਉਂਦੇ ਆਪਣੇ ਆਪ ਨੂੰ, ਇਹ ਬਹੁਤ ਜ਼ਿਆਦਾ ਤਰਫੇ ਹੈ। ਜਦੋਂ ਪਿਆਰਿਓ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਹੋ ਗਿਆ ਨਾ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ, ਨੋਟ ਕਰਿਓ, ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ, ਤਾਂ ਪਿਰਥੀ ਚੰਦ, ਚੰਦੂ, ਨਕਸ਼ਬੰਦੀ, ਥੋੜ੍ਹੀ ਥੋੜ੍ਹੀ ਮੈਂ ਗੱਲ ਉਹਨਾਂ ਦੀ ਕਰਦਾ ਬਾਅਦ 'ਚ, ਨਕਸ਼ਬੰਦੀ, ਸਨਾਤਨੀ, ਅਖੌਤੀ ਧਾਰਮਿਕ ਲੋਕ, ਇਹ ਸਾਰੇ ਇਕੱਠੇ ਹੋ ਕੇ ਅਕਬਰ ਦੇ ਕੰਨ 'ਚ ਫੂਕਾਂ ਮਾਰਨ ਲੱਗ ਪਏ ਕਿ ਤੁਸੀਂ ਸਾਡੀ ਗੱਲ ਨਹੀਂ ਸੁਣਦੇ, ਜਿਹੜਾ ਗੁਰੂ ਅਰਜਨ ਸਾਹਿਬ ਨੇ ਗ੍ਰੰਥ ਤਿਆਰ ਕੀਤਾ ਦੇਵਤਿਆਂ ਦੀ ਤੋਹੀਨ ਹੈ, ਮੁਹੰਮਦ ਸਾਹਿਬ ਦੀ ਤੋਹੀਨ ਕੀਤੀ ਹੋਈ ਹੈ, ਤੁਸੀਂ ਮੰਗਵਾ ਕੇ ਦੇਖੋ। ਅਕਬਰ ਬਟਾਲੇ ਵਾਲੇ ਪਾਸੇ ਆਇਆ ਹੋਇਆ ਸੀ ਘਰੇ, ਤਾਂ ਉੱਥੇ ਅਕਬਰ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਸੱਦਾ ਭੇਜਿਆ, ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ, ਆਦਿ ਗ੍ਰੰਥ ਸਾਹਿਬ ਜਦੋਂ ਲੈ ਕੇ ਗਏ ਤਾਂ ਸਾਰੀ ਦੁਸ਼ਟ ਚੌਂਕੜੀ ਕਹਿੰਦੀ ਹੈ ਕਿ ਆਹੀ ਆਓ ਗ੍ਰੰਥ ਜੀ, ਇਹਨਾਂ ਨੂੰ ਕਹੋ ਸੁਣਾਉਣ ਬਾਣੀ, ਪਤਾ ਲੱਗ ਜੂ ਕੀ ਲਿਖਿਆ। ਪਹਿਲੀ ਵਾਰੀ ਜਦੋਂ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਦੋਂ ਉੱਥੇ ਸ਼ਬਦ ਆਇਆ, ਤਿਲੰਗ ਰਾਗ ਦਾ ਸ਼ਬਦ ਸੀ ਪੰਜਮ ਪਾਤਸ਼ਾਹ ਦਾ, ਖਾਤ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਪ ਪੈਦਾਇਸ਼ ਖੁਦਾਏ, ਬੰਦੇ ਚਸਮ ਦੀਦਮ ਫਨਾਏ, ਦੁਨੀਆ ਮੁਰਦਾਰ ਖੁਦ ਨੀ ਗਾਫਲ ਹਵਾਏ। ਮੁਬਾਰਕ ਸ਼ਬਦ ਨੂੰ ਸੁਣ ਕੇ ਅਕਬਰ ਨੂੰ ਸਕੂਨ ਮਿਲਿਆ ਤੇ ਇਹਨਾਂ ਨੂੰ ਬੜੀ ਝਾੜ ਪਾਈ ਵੀ ਤੁਸੀਂ ਕਹਿੰਦੇ ਹੋ ਬੜੇ ਅਪਮਾਨਜਨਕ ਸ਼ਬਦ ਨੇ, ਬਾਣੀ ਤਾਂ ਅੰਦਰ ਨੂੰ ਠੰਡ ਦੇਣ ਵਾਲੀ ਹੈ। ਕਹਿੰਦੇ ਜੀ ਇਹ ਤਾਂ ਹੱਦ ਦੇ ਕੇ ਲੈ ਆਏ, ਇੱਕ ਅੱਧਾ ਸ਼ਬਦ ਜਿਹੜਾ ਠੀਕ ਹੈ ਨਾ ਉੱਥੋਂ ਪੜ੍ਹ ਕੇ ਸੁਣਾਇਆ, ਉਹ ਜੰਗ ਬਦਲ ਕੇ ਪੜ੍ਹ। ਮੈਂ ਕਾਲਪ ਤਾਂ ਇਹ ਲਿਖਦਾ ਹੈ
कि अकबर ने कुछ अंक बदले तां दूजी वारी जदों पढ़ के सुनाया मारू राग का शब्द सी पंचम पातशाह का अल्लाह अगम खुदाई बंदे छोड़ ख्याल माया के धंधे होए पै खाक फकीर मुसाफिर ए दरवेश कबूल। पर चंदू ने एक गल रखी कहिंदा जी वेखो गुरमुखी सानू तां नहीं आउंदी ਇਹ ਹੋ ਸਕਦਾ ਲਿਖਿਆ ਕੁਛ ਹੋਰ ਹੋਵੇ ਜਵਾਨੀ ਇਹਨਾਂ ਨੂੰ ਯਾਦ ਹੈ ਸੁਣਾ ਕੁਛ ਹੋਰ ਦੇਣ। ਤਾਂ ਫਿਰ ਅਕਬਰ ਨੇ ਕਿਹਾ ਵੀ ਤੁਸੀਂ ਆਪਣਾ ਬੰਦਾ ਦੇਖ ਲਓ ਕੋਈ। ਕਹਿੰਦੇ ਇੱਕ ਠੀਕ ਠਾਕ ਜੀ ਗੁਰਮੁਖੀ ਜਾਣਦਾ ਸੀ ਜਿਹਦਾ ਨਾਂ ਸਾਹਿਬ ਦਿਆਲ ਲਿਖਿਆ। ਸਾਹਿਬ ਦਿਆਲ ਤੋਂ ਫਿਰ ਸ਼ਬਦ ਪੜ੍ਹਾਇਆ। ਮੈਂ ਕਾਲਜ ਜ਼ਿਕਰ ਕਰਦਾ ਕਿ ਸ਼ਬਦ ਆਇਆ ਘਰ ਮੈਂ ਠਾਕੁਰ ਨਦਰ ਨਾ ਆਵੇ ਗੱਲ ਮੈਂ ਪਾਹਣ ਲੈ ਲੁਕਾ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਉੱਥੇ ਸ਼ਬਦ ਆਇਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਯਾਦ, ਕਿਰਪਾ ਕਰਕੇ ਬੋਲਿਓ ਅਵਲ ਅੱਲਾ ਸਾਰੇ ਭੈਣ ਅਵਲ ਅੱਲਾ ਕੁਦਰਤ ਕੇ ਸਭ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ। ਹੁਣ ਜਦੋਂ ਇਹ ਸ਼ਬਦ ਜਿਹੜਾ ਬੰਦਾ ਆਪ ਮਿਥਿਆ ਸੀ ਵੀ ਇਹ ਪੜ੍ਹ ਕੇ ਸੁਣਾਓ ਸਾਹਿਬ ਦਿਆਲ ਨੇ ਸੁਣਾਤਾ, ਤਾਂ ਇਹਨਾਂ ਸਾਰੇ ਚੁਗਲਖੋਰਾਂ ਨੂੰ ਧਰਤੀ ਧਸਣ ਨੂੰ ਥਾਂ। ਤਾਂ ਗੁਰੂ ਸਵਾਰਿਓ ਇਹ ਲੋਕ ਸਾਰੇ ਇਹਨਾਂ ਨੂੰ ਫਿਰ ਧੱਕੇ ਪਏ ਉੱਥੇ ਗੁਰੂ ਗ੍ਰੰਥ ਸਾਹਿਬ ਤੇ ਮੁਕੱਦਮਾ ਕਰਨ ਵਾਲੇ ਲੋਕਾਂ ਨੂੰ ਧੱਕੇ ਪਏ। ਅਕਬਰ ਨੇ 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਨੂੰ ਪਵਿੱਤਰ ਗ੍ਰੰਥ ਕਹਿ ਕੇ ਸੀਸ ਨਵਾਇਆ ਭੇਟਾਂ ਕੀਤੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਸਰਪਾਓ ਦੁਸ਼ਾਲੇ ਭੇਟ ਕੀਤੇ। ਔਰ ਇਹ ਵੱਡਾ ਕਾਰਨ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਸ਼ਹੀਦੀ ਦਾ ਇੱਥੋਂ ਤਕਲੀਫ ਹੋਈ ਸੀ। ਤਾਂ ਇਹ ਕੋਸ਼ਿਸ਼ਾਂ ਕਰਨ ਲੱਗ ਪਏ ਕਿ ਕਿਵੇਂ ਨਾ ਕਿਵੇਂ ਜਦੋਂ ਅਕਬਰ ਤੋਂ ਬਾਅਦ ਸਲੀਮ ਉਹਦਾ ਪੁੱਤ ਹੈ ਜਿਹਦਾ ਨਾਂ ਜਹਾਂਗੀਰ ਰੱਖਦੇ ਇਹ ਤਖ਼ਤ ਤੇ ਬੈਠੇ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਅਕਬਰ ਆਪਣੇ ਪੋਤੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ ਪਰ ਉੱਥੇ ਨਕਸ਼ਬੰਦੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਈ। ਇਹ ਨਕਸ਼ਬੰਦੀ ਇੱਕ ਫਿਰਕਾ ਹੈ ਪੰਚਮ ਪਾਤਸ਼ਾਹ ਦੇ ਵਕਤ ਇਹਨਾਂ ਦਾ ਆਗੂ ਸ਼ੇਖ ਅਹਿਮਦ ਸਰਹੰਦੀ ਸੀ ਜਿਹਦੇ ਨਾਂ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇੱਕ ਮਕਬਰਾ ਬਣਿਆ ਹੋਇਆ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ। ਉਸ ਵਕਤ ਇਹਨਾਂ ਦਾ ਆਗੂ ਸੀ ਸੈਫ ਉਦ ਦੀਨ। ਹੁਣ ਪੰਚਮ ਪਾਤਸ਼ਾਹ ਦੇ ਵਕਤ ਇਹ ਜਿਹੜੇ ਨਕਸ਼ਬੰਦੀ ਸੀ ਇਹ ਬੜੇ ਔਖੇ ਸੀਗੇ ਅਕਬਰ ਦੀ ਨੀਤੀ ਤੋਂ ਵੀ ਸਾਡੇ ਤਾਂ ਇਸਲਾਮ ਦਾ ਨੁਕਸਾਨ ਹੋ ਰਿਹਾ। ਤਾਂ ਇਹਨਾਂ ਨੇ ਸ਼ੇਖ ਫਰੀਦ ਬੁਖਾਰੀ ਵਰਗੇ ਜਿਹਨੂੰ ਮੁਰਤਜ਼ਾ ਖਾਨ ਦਾ ਅਵਾਰਡ ਦਿੱਤਾ ਸੀ ਇਹੋ ਜਿਹੇ ਬੰਦੇ ਅਕਬਰ ਦੇ ਦਰਬਾਰ ਵਿੱਚ ਫਿੱਟ ਕਰਨੇ ਸ਼ੁਰੂ ਕੀਤੇ ਤੇ ਇੱਕ ਮਾਹੌਲ ਬਣਾਇਆ ਗਿਆ ਜਹਾਂਗੀਰ ਦੇ ਹੱਕ ਦੇ ਵਿੱਚ। ਇਹਨਾਂ ਲੋਕਾਂ ਨੇ ਤਿਆਰ ਕੀਤਾ। ਗੁਰੂ ਸਵਾਰਿਓ ਹੁਣ ਨੋਟ ਕਰੋ ਪ੍ਰਿਥੀ ਚੰਦ ਵਿਰੋਧ ਤਾਂ ਕਰਦਾ ਸੀਗਾ ਪਰ ਪ੍ਰਿਥੀ ਚੰਦ ਇਹਦੀ ਤਾਂ ਡੈਥ ਹੋ ਗਈ ਸੀ। 1605 ਦੇ ਲਗਭਗ ਪ੍ਰਿਥੀ ਚੰਦ ਮਰ ਗਿਆ ਸੀ। ਤਾਂ ਹੁਣ ਉਸ ਤੋਂ ਬਾਅਦ ਨਕਸ਼ਬੰਦੀ ਜਿਹੜੇ ਨੇ ਸ਼ੇਖ ਅਹਿਮਦ ਸਰਹੰਦੀ ਹੋਰੀ ਇਹ ਬੜੇ ਵੱਡੇ ਵਿਰੋਧੀ ਸੀ ਗੁਰੂ ਘਰ ਦੇ। ਨਕਸ਼ਬੰਦੀ ਨੇ ਜਹਾਂਗੀਰ ਦੇ ਜਰਨੈਲਾਂ ਨੂੰ 72 ਚਿੱਠੀਆਂ ਲਿਖੀਆਂ ਗੁਰੂ ਅਰਜਨ ਸਾਹਿਬ ਦੇ ਖਿਲਾਫ 72 ਚਿੱਠੀਆਂ ਜਿਹੜੀ ਅਸੀਂ ਬਹੁਤ ਜ਼ਿਆਦਾ ਗੱਲ ਪ੍ਰਚਾਰਦੇ ਹਾਂ ਨਾ ਵੀ ਚੰਦੂ ਦੀ ਬੇਟੀ ਦਾ ਰਿਸ਼ਤੇ ਦਾ ਜਵਾਬ ਮਿਲ ਗਿਆ ਸੀਗਾ ਇੰਨੀ ਗੱਲ ਨਾਲ ਹੀ ਸ਼ਹੀਦੀ ਹੋ ਗਈ। ਇਹ ਇੱਕ ਛੋਟਾ ਜਿਹਾ ਕਾਰਨ ਹੈ। ਵੱਡਾ ਕਾਰਨ ਸੀ ਜਿਹੜਾ ਮਹਾਰਾਜ ਦੀ ਸ਼ਹਾਦਤ ਦਾ ਉਹ ਆਦ ਗ੍ਰੰਥ ਸਾਹਿਬ ਦੀ ਸੰਪਾਦਨ ਸੀ। ਚੰਦੂ ਵਾਲੀ ਘਟਨਾ ਤਾਂ ਮੇਰੇ ਖਿਆਲ ਲਗਭਗ ਤੁਹਾਨੂੰ ਸਾਰਿਆਂ ਦੇ ਧਿਆਨ 'ਚ ਹੈ। ਇਹ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਪਿੰਡ ਰੋਹੇਲੇ ਦੇ ਰਹਿਣ ਵਾਲਾ ਸੀਗਾ ਚੰਦੂ ਲਾਲ ਖੱਤਰੀ। ਇਹਦੀ ਬੇਟੀ ਦਾ ਜਿਹੜਾ ਚੱਕਰ ਪਿਆ ਜਦੋਂ ਹਰਗੋਬਿੰਦ ਸਾਹਿਬ ਨਾਲ ਰਿਸ਼ਤਾ ਤੈਅ ਕਰਿਆ ਇਹ ਲਾਗੀ ਇਹ ਕਹਿੰਦਾ ਵੀ ਤੁਸੀਂ ਚੁਬਾਰੇ ਦੀ ਇੱਟ ਬੋਰੀ ਨੂੰ ਲਾਇਆ ਰਿਸ਼ਤਾ ਟੁੱਟ ਗਿਆ ਸੀ ਚੰਦੂ ਦੇ ਉਹਨਾਂ। ਤਾਂ ਗੁਰੂ ਸਵਾਰੀ ਉਹ ਸਤਾ ਮਤਲਬ ਅਕਬਰ ਦੇ ਵਕਤ ਕੋਈ ਮਾਹੌਲ ਨਾ ਬਣ ਸਕਿਆ ਅਕਬਰ ਦੇ ਮੌਕੇ ਕੋਈ ਗੱਲ ਚੱਲੀ ਨਾ ਇਹਨਾਂ ਦੀ ਜਿੰਨੇ ਵੀ ਇਹ ਸਿੱਖੀ ਦੇ ਵਿਰੋਧੀ ਸੀ। 17 ਅਕਤੂਬਰ ਸੰਨ 1605 ਨੂੰ ਅਕਬਰ ਦੀ ਮੌਤ ਹੋ ਗਈ। ਇਹਦਾ ਪੁੱਤ ਸਲੀਮ ਆਪਣਾ ਨਾਂ ਜਹਾਂਗੀਰ ਰੱਖ ਕੇ ਤਖ਼ਤ ਤੇ ਬੈਠੇ। ਜਦੋਂ ਜਹਾਂਗੀਰ ਤਖ਼ਤ ਤੇ ਬੈਠਿਆ ਤਾਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰਤੀ। ਇਹ ਬਹਾਨਾ ਬਣਾਇਆ ਗਿਆ ਸ਼ਹੀਦੀ ਦਾ। ਖੁਸਰੋ ਨੇ ਜਦੋਂ ਬਗਾਵਤ ਕੀਤੀ ਸ਼ੇਖ ਫਰੀਦ ਬੁਖਾਰੀ ਜਿਹੜਾ ਨਕਸ਼ਬੰਦੀਆਂ ਦਾ ਸੀਗਾ ਚੇਲਾ ਮੁਰਤਜ਼ਾ ਖਾਨ ਇਹਨੇ ਫਿਰ ਜਹਾਂਗੀਰ ਨੂੰ ਪੱਤਰ ਲਿਖਿਆ ਕਿ ਜਿਹੜਾ ਤੁਹਾਡੇ ਪੁੱਤ ਨੇ ਖੁਸਰੋ ਨੇ ਬਗਾਵਤ ਕਰੀ ਹੈ ਗੁਰੂ ਅਰਜਨ ਪਾਤਸ਼ਾਹ ਨੇ ਇਹਨੂੰ ਪੂਰੀ ਸਪੋਰਟ ਦਿੱਤੀ ਹੈ। ਪੂਰੀ ਸਪੋਰਟ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੈ।
ਇਸ ਕਰਕੇ ਇਹ ਸਾਰਾ ਕੰਮ ਹੋਇਆ, ਨਹੀਂ ਤਾਂ ਬਗਾਵਤ ਨਹੀਂ ਸੀ ਕਰਦਾ ਖੁਸਰੋ। ਤਾਂ ਗੁਰੂ ਸਵਾਰਿਓ, ਹਾਲਾਂਕਿ ਇਤਿਹਾਸ ਦੀ ਸਤਾਈ ਇਹ ਹੈ ਕਿ ਜਦੋਂ ਖੁਸਰੋ ਗੋਇੰਦਵਾਲ ਦਰਿਆ ਨੂੰ ਪਾਰ ਕਰ ਰਿਹਾ ਸੀ, ਉਸ ਵਕਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀ, ਪਰ ਉਹਨਾਂ ਨੇ ਗੱਲਾਂ ਵਧਾ ਚੜਾ ਕੇ ਪੇਸ਼ ਕਰਤੀਆਂ। ਜਹਾਂਗੀਰ ਖੁਸਰੋ ਤੇ ਇੰਨਾ ਖਿਝਿਆ ਹੋਇਆ ਸੀ ਵੀ ਜਿਹਦਾ ਵੀ ਉਹਨੂੰ ਪਤਾ ਲੱਗਿਆ ਇਹਨੇ ਹੈਲਪ ਕੀਤੀ, ਉਹਨਾਂ ਸਾਰਿਆਂ ਨੂੰ ਕਸ਼ਟ ਦਿੱਤੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਤਾਂ ਹੋਰ ਬੜਾ ਵੱਡਾ ਵਿਰੋਧੀ ਸੀ, ਕਿਉਂਕਿ ਉਹਦੇ ਕੰਨ ਭਰੇ ਜਾਂਦੇ ਸੀ ਸਾਰੇ ਪਾਸਿਓਂ। ਉਹ ਆਪਣੀ ਜੀਵਨੀ ਤੁਜ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਕਿ ਮੈਂ ਬੜੇ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ, ਮਾਫ਼ ਕਰਿਓ, ਗੁਰੂ ਅਰਜਨ ਸਾਹਿਬ ਦੇ ਦਰਬਾਰ ਲਈ ਉਹਦੇ ਲਫ਼ਜ਼, ਉਹਨੇ ਤਾਂ ਐਵੇਂ ਕਹਿਣਾ, ਮੈਂ ਬੜੇ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਕਿ ਇਹ ਝੂਠ ਦੀ ਦੁਕਾਨ ਨੂੰ ਕਿਵੇਂ ਬੰਦ ਕਰਾਂ। ਗੁਰੂ ਸਵਾਰਿਓ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਕਾਰਨ, ਵੱਡਾ ਕਾਰਨ ਭੁੱਲ ਨਾ ਜਾਇਓ, ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਨਾਲ ਪਿਰਥੀ ਚੰਦ ਹੋਰੀ ਵੀ ਵਿਰੋਧਤਾ ਕਰਦੇ ਰਹੇ, ਨਕਸ਼ਬੰਦੀ, ਸਨਾਤਨੀ, ਜਹਾਂਗੀਰ ਦੀ ਕੱਟੜਪ੍ਰਸਤ ਨੀਤੀ ਅਤੇ ਸਖੀ ਸਰਵਰੀ, ਇਹ ਸਾਰੀ ਦੁਸ਼ਟ ਜੁੰਡਲੀ ਜਿਹੜੀ ਸੀਗੀ ਵਿਰੋਧੀ ਸੀ, ਇਹ ਸਾਰੇ ਕਾਰਨ ਬਣੇ, ਪਰ ਵੱਡਾ ਕਾਰਨ ਜਿਹੜਾ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਸੀ। ਹੁਣ ਗੁਰੂ ਅਰਜਨ ਪਾਤਸ਼ਾਹ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਗਿਆ, ਮੁਰਤਜ਼ਾ ਖਾਨ ਨੇ ਡਿਊਟੀ ਲਾਈ ਚੰਦੂ ਦੀ, ਚੰਦੂ ਦੀ ਡਿਊਟੀ ਤਸੀਹੇ ਦੇਣ ਵਾਸਤੇ ਇਸ ਕਰਕੇ ਲਾਈ ਕਿ ਤਾਜ਼ੀ ਤਾਜ਼ੀ ਦੁਸ਼ਮਣੀ ਪਈ ਹੈ, ਬਿਲਕੁਲ ਲਿਹਾਜ਼ ਨਹੀਂ ਕਰਨ ਦੇ। ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਲਈ ਉਹਨਾਂ ਨੇ ਜਿਹੜਾ ਤਰੀਕਾ ਚੁਣਿਆ ਕਿ ਜਾਂ ਤਾਂ ਦੇਗ ਚ ਉਬਾਲ ਦਿਓ, ਤੱਤੀ ਤਵੀ 'ਤੇ ਬਿਠਾਇਆ ਗਿਆ, ਗਰਮ ਰੇਤ ਸੀਸ ਵਿੱਚ ਪਾਇਆ ਗਿਆ, ਅਤੇ ਉਹਨਾਂ ਦਾ ਜਿਹੜਾ ਸੀਗਾ ਪਾਤਸ਼ਾਹ ਦਾ ਫਿਰ ਆਖਰ ਇਸ ਹਾਲਤ ਵਿੱਚ ਹੋਏ ਸਰੀਰ ਨੂੰ ਰਾਵੀ ਦੇ ਪਾਣੀ ਵਿੱਚ ਸੁੱਟਿਆ। ਲਗਭਗ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ। ਹੁਣ ਇਹ ਸ਼ਹਾਦਤ ਜਿਹੜੀ ਗੁਰੂ ਅਰਜਨ ਸਾਹਿਬ ਦੀ ਇਸ ਤਰੀਕੇ ਨਾਲ ਕਿਉਂ ਹੋਈ? ਹੋਰ ਵੀ ਬਹੁਤ ਤਰੀਕੇ ਸੀ, ਉਹਨਾਂ ਨੇ ਤੱਤੀ ਤਵੀ ਅੱਗ ਜਾਂ ਪਾਣੀ ਨਾਲ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਇਹਦੇ ਵਾਸਤੇ ਸਾਨੂੰ ਇੱਕ ਕਾਨੂੰਨ ਪੜ੍ਹਨਾ ਪਵੇਗਾ, ਜਾਸਾਵਾਦ ਸਾਨੂੰ ਕਿੱਦੇ ਉਹ ਕੀ ਹੈ, ਬਹੁਤ ਪਿੱਛੇ ਚਲੇ ਗਏ ਆਪਾਂ। ਸੰਨ 1218 ਦੇ ਵਿੱਚ ਮੰਗੋਲ ਬਰਾਦਰੀ ਦੇ ਚੰਗੇਜ਼ ਖਾਨ ਨੇ ਇੱਕ ਕਾਨੂੰਨ ਬਣਾਇਆ ਸੀ। ਚੰਗੇਜ਼ ਖਾਨ ਬੜਾ ਜ਼ਾਲਮ ਮੰਨਿਆ ਜਾਂਦਾ, ਬਹੁਤ। ਉਹ ਕਾਨੂੰਨ ਕੀ ਸੀ ਕਿ ਇਹਨਾਂ ਲੋਕਾਂ ਦਾ ਇਹ ਵਿਸ਼ਵਾਸ ਸੀ, ਭਰੋਸਾ ਸੀ, ਅਕੀਦਾ ਸੀ ਕਿ ਜੇ ਕਿਸੇ ਰੂਹਾਨੀਅਤ ਵਿੱਚ ਪੁੱਜੇ ਹੋਏ ਇਨਸਾਨ ਨੂੰ ਮਾਰਨਾ ਪਵੇ ਤਾਂ ਇਸ ਤਰੀਕੇ ਨਾਲ ਮਾਰੋ ਕਿ ਉਹਦੇ ਖੂਨ ਦਾ ਕੋਈ ਵੀ ਤੁਪਕਾ ਧਰਤੀ 'ਤੇ ਨਾ ਡਿੱਗੇ। ਇਹ ਲੋਕ ਮੰਨਦੇ ਸੀ ਕਿ ਜੇ ਉਹਦੀ ਖੂਨ ਦਾ ਕੋਈ ਤੁਪਕਾ ਧਰਤੀ 'ਤੇ ਡਿੱਗਿਆ ਤਾਂ ਇਹਦੇ ਨਾਲ ਉਹਦੇ ਵਰਗੇ ਹੋਰ ਕਈ ਪੈਦਾ ਹੋ ਜਾਣਗੇ, ਅੱਗ ਜਾਂ ਪਾਣੀ ਦੀ ਸਜ਼ਾ। ਇਸ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਗਰਮ ਰੇਤ ਉਹਨਾਂ ਦੇ ਸੀਸ ਵਿੱਚ ਪਾ ਕੇ ਆਖਰ ਉਹਨਾਂ ਨੂੰ ਜਿਹੜਾ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟਿਆ ਗਿਆ। ਵਗੈਰਾ ਕਈਆਂ ਲਿਖਦੇ ਆ ਕਿ ਮਹਾਰਾਜ ਨੇ ਕਿਹਾ ਵੀ ਇਸ਼ਨਾਨ ਕਰਨਾ, ਫਿਰ ਬਾਅਦ ਵੀ ਬਿਲਕੁਲ ਦਰਦ ਕਰਨਾ। ਰਤਨ ਸਿੰਘ ਭੰਗੂ ਨੇ ਵੀ ਲਿਖਿਆ ਕਿ ਗੁਰੂ ਅਰਜਨ ਦਰਿਆਏ ਨਾ ਰੋੜੇ, ਸਵਾਲ ਰੂਪ ਦੇ ਵਿੱਚ ਉਹਨਾਂ ਗੱਲ ਕੀਤੀ ਹੈ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ 20 ਮਈ 1606 ਨੂੰ ਹੋਈ। ਇਹ ਸ਼ਹਾਦਤ ਵਿਲੱਖਣ ਕਿਵੇਂ ਹੈ ਇਹਦੀ ਗੱਲ ਮੈਂ ਸੋਮਵਾਰ ਦੇ ਦੀਵਾਨ 'ਚ ਕਰਾਂਗਾ, ਪਰ ਇਸ ਸ਼ਹਾਦਤ ਦਾ ਅਸਰ ਕੀ ਪਿਆ? ਅਸਰ ਇਹ ਪਿਆ ਕਿ ਗੁਰੂ ਅਰਜਨ ਸਾਹਿਬ ਦੀ ਸ਼ਾਂਤ ਲਈ, ਸ਼ਹਾਦਤ ਲਈ 6ਵੇਂ ਪਾਤਸ਼ਾਹ ਲਈ ਇੱਕ ਰਾਹ ਖੋਲ੍ਹਿਆ ਹੈ। 2 ਤਲਵਾਰਾਂ ਮੱਧੀਆਂ ਬਾਬਾ ਅਬਦੁੱਲਾ ਜੀ ਅਤੇ ਨੱਥਾ ਜੀ ਲਿਖਦੇ ਨੇ, ਜਿਹੜੇ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰੀ ਢਾਡੀ ਹੈ। 2 ਤਲਵਾਰਾਂ ਮੱਧੀਆਂ, ਇੱਕ ਮੇਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸ਼ਹਾਦਤ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤਾਂ ਨੂੰ ਇੱਕ ਹਦਾਇਤ ਦਿੱਤੀ ਸਪੈਸ਼ਲ ਕਿ 3 ਘਟਾਵਾਂ ਖਾਸ ਤੌਰ 'ਤੇ ਕਰੋ, ਇੱਕ ਨੌਜਵਾਨੀ ਭੇਟਾ ਕਰੋ, ਦੂਜੇ ਹਥਿਆਰ ਭੇਟਾ ਕਰੋ, ਤੀਜੇ ਘੋੜੇ ਭੇਟਾ ਕਰੋ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜੰਗਾਂ 'ਚ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ। ਬੜੇ ਲੰਬੇ ਚੌੜਾ ਇਹ ਇਤਿਹਾਸ ਹੈਗਾ ਜਿਹਦੀ ਆਪਾਂ ਸੰਖੇਪ 'ਚ ਗੱਲ ਕੀਤੀ ਹੈ। ਔਰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਮਨਾਉਂਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਰੰਚਕ ਮਾਤਰ ਵੀ ਰਲਾਵਟ ਦੀ ਪ੍ਰਵਾਨ ਕੀਤੀ। ਜੇ ਉੱਥੇ ਮੁਹੰਮਦ ਸਾਹਿਬ ਦੀ ਉਸਤਤ ਲਿਖ ਦਿੰਦੇ ਜਾਂ ਉੱਥੇ ਉਹਨਾਂ ਭਗਤਾਂ ਦੀ ਬਾਣੀ ਵਿੱਚ ਲਿਖ ਦਿੰਦੇ ਤਾਂ ਜਾਨ ਬਖਸ਼ੀ ਜਾ ਸਕਦੀ ਹੈ, ਕੋਈ ਦਿੱਕਤ ਨਹੀਂ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਬਾਰ ਸਾਹਿਬ ਦੀ ਥਾਂ 'ਤੇ ਤੱਤੀ ਤਵੀ 'ਤੇ ਚੌਂਕੜੇ ਤਾਂ ਲਾ ਲਏ,
ਪਰ ਬਾਣੀ ਵਿੱਚ ਰੰਚਕ ਮਾਤਰ ਵੀ ਲਾਵਟ ਨਹੀਂ ਹੁੰਦਾ। ਤੇ ਫਿਰ ਸਾਨੂੰ ਉਸ ਬਾਣੀ ਦਾ ਉਹ ਆਸਰਾ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਵਿਲੱਖਣ ਸ਼ਹਾਦਤ ਨੂੰ ਯਾਦ ਕਰਦੇ ਹਾਂ ਕਿ ਪਾਤਸ਼ਾਹ ਨੇ ਸਾਡੇ ਲਈ ਇਹ ਥਾਲ ਵਿੱਚ ਤਿੰਨ ਵਸਤੂ ਪਈਓ ਸਤਸੰਗ ਤੋਂ ਵਿਚਾਰੋ, ਇਹ ਸਾਡੇ 'ਤੇ ਬਖਸ਼ਾਂ ਕੀਤੀਆਂ। ਔਰ ਜੇ ਅਸੀਂ ਇਸ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਨਹੀਂ ਵੇਖਦੇ, ਵਿਚਾਰ ਕੇ ਨਹੀਂ ਵੇਖਦੇ, ਮੈਨੂੰ ਲੱਗਦਾ ਅਸੀਂ ਤੌਹੀਨ ਕਰਦੇ ਹਾਂ ਗੁਰੂ ਅਰਜਨ ਪਾਤਸ਼ਾਹ ਦੀ ਉਸ ਮਹਾਨ ਸ਼ਹਾਦਤ ਦੀ। ਇਸ ਲਈ ਪਿਆਰਿਓ, ਘੱਟੋ ਘੱਟ ਅਸੀਂ ਇਹ ਪ੍ਰੇਰਨਾ ਜ਼ਰੂਰ ਲੈ ਕੇ ਜਾਈਏ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਯਾਦ ਵਿੱਚ ਜੁੜੇ, ਸ਼ਹਾਦਤ ਦੇ ਦਾ ਇਤਿਹਾਸ ਸੁਣਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਵੀ ਰੋਜ਼ਾਨਾ ਘੱਟੋ ਘੱਟ ਵਿਚਾਰਨਾ ਸ਼ੁਰੂ ਕਰੀਏ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਕਿਉਂਕਿ ਇਤਿਹਾਸ ਬੜਾ ਲੰਮਾ ਚੌੜਾ, ਬਹੁਤ ਸਾਰੇ ਪੱਖ ਨੇ, ਲੇਕਿਨ ਇਹ ਵਿਲੱਖਣ ਕਿਵੇਂ ਹੈ ਇਹਦੀ ਗੱਲ ਆਪਾਂ ਸੋਮਵਾਰ ਦੇ ਦਿਨ 'ਚ ਕਰ ਲੈਣੀ ਹੈ। ਇਹ ਤੋਂ ਇਲਾਵਾ 1984 ਦੇ ਸੰਬੰਧ ਵਿੱਚ ਵੀ ਇਹ ਸਮਾਗਮ ਰੱਖਿਆ, ਕੁਛ ਕੁ ਖਾਸ ਪੁਆਇੰਟ ਆਪ ਜੀ ਦੇ ਧਿਆਨ ਵਿੱਚ ਲਿਆਵਾਂਗਾ। ਗੁਰੂ ਕਿਰਪਾ ਕਰੇ।